ਆਪਲੇ ਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਗੁਰ ਹਰਿ ਗੋਬਿੰਦ ਜੀ ਇਸ ਬਿਦ ਸਮੋ ਬਿਤਾਏ ਪਰਿਓ ਮਹਾ ਬਲ ਦੇਹ ਮਹਿ ਦੀਰਗ ਢੀਲ ਸੁਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਸਤਿਗੁਰਾਂ ਦੇ ਪਾਵਨ ਚਰਨ ਕਮਲਾਂ ਵਿਖੇ ਸੰਧਿਆ ਦੇ ਦੀਵਾਨ ਸਜੇ ਹਨ ਸਜੇ ਦੀਵਾਨਾਂ ਵਿੱਚ ਸੋਦਰ ਰਾਜ ਸਾਹਿਬ ਜੀ ਦੇ ਪਾਠ ਗੁਰਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਪਰਮ ਸਤਕਾਰਯੋਗ ਭਾਈ ਵਰਿਆਮ ਸਿੰਘ ਜੀ ਹਾਜ਼ਰੀ ਲਵਾਰੇ ਸਨ ਕਲਗੀਧਰ ਪਿਤਾ ਦੇ ਚਰਨਾਂ ਵਿੱਚ ਕਿਉਂਕਿ ਅੱਜ ਆਪਾਂ ਸਾਰੇ ਵਿਸ਼ਵ ਦੇ ਅੰਦਰ ਜਿੱਥੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਵੱਸਦੀਆਂ ਨੇ ਪੰਥ ਦੇ ਵਾਲੀ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਪੂਰਵ ਮਨਾ ਰਹੇ ਅੱਜ ਪਟਨਾ ਸਾਹਿਬ ਦੀ ਧਰਤੀ ਤੇ ਵੀ ਬੜੀਆਂ ਰੌਣਕਾਂ ਨੇ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵ ਲਿਓ ਸ੍ਰੀ ਪਟਨਾ ਸਾਹਿਬ ਦੀ ਉਹ ਪਾਵਨ ਧਰਤੀ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਸੂਦੀ 7 ਸਤਮੀ ਸੰਮਤ 1723 ਬਿਕਰਮੀ ਨੂੰ ਮਾਤਾ ਜੀ ਮਾਤਾ ਗੁਜਰੀ ਜੀ ਦੇ ਉਧਰ ਤੋਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ ਸਤਗੁਰੂ ਕਰਗੀ ਧਰਜੀ ਨੇ ਇਹ ਕਥਾ ਆਪਣੀ ਕਲਮ ਦੇ ਨਾਲ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਕੀਤੀ ਹੈ ਸਤਿਗੁਰੂ ਜੀ ਲਿਖਦੇ ਹਨ ਮੁਰ ਪਿਤ ਪੂਰਬ ਕੀ ਅਸ ਪਿਆਨਾ ਮੇਰੇ ਪਿਤਾ ਜੀ ਨੇ ਪੂਰਬ ਵੱਲ ਪਿਆਨਾ ਕੀਤਾ ਬਾਤ ਬਾਤ ਕੇ ਤੀਰਥ ਨਾਨਾ ਰਸਤੇ ਵਿੱਚ ਬਹੁਤ ਸਾਰੇ ਪਵਿੱਤਰ ਸਥਾਨਾਂ ਤੇ ਤੀਤਾਂ ਤੇ ਚਰਨ ਪਾਉਂਦੇ ਹੋਏ ਉਹਨਾਂ ਤੀਰਥਾਂ ਉੱਤੇ ਜੋ ਰਹਿਣ ਵਾਲੇ ਲੋਕ ਸਨ ਪੰਡਤ ਸਨ ਜਾ ਹਿੰਦੂ ਧਰਮ ਦੇ ਸੰਿਆਸੀ ਬੈਰਾਗੀ ਜੋਗੀ ਜਤੀ ਕਈ ਮਤਾਂ ਦੇ ਸਾਧੂ ਸੰਤ ਸਾਨ ਉਹਨਾਂ ਨੂੰ ਦਰਸ਼ਨ ਦਿੱਤੇ ਜਿਹੜੇ ਉਹਨਾਂ ਵਿੱਚ ਫੋਕਟ ਕਰਮ ਕਾਂਡ ਪਖੰਡ ਸਾਨ ਉਹਨਾਂ ਨੂੰ ਦੂਰ ਕੀਤਾ ਅਤੇ ਜਿਹੜਾ ਉਹਨਾਂ ਨੂੰ ਪ੍ਰਮਾਤਮਾ ਦੀ ਸੱਚੀ ਭਗਤੀ ਦਾ ਉਪਦੇਸ਼ ਦਿੱਤਾ ਜਬ ਹੀ ਜਾਤ ਤਿਰਵੇਣੀ ਪਏ ਜਦੋਂ ਤਿਰਵੇਣੀ ਪਹੁੰਚੇ ਹਨ ਤਰਵੇਣੀ ਉਹ ਜਗ੍ਹਾ ਹੈ ਜਿੱਥੇ ਗੰਗਾ, ਜਮਨਾ, ਸਰਸਤੀ ਤਿੰਨੇ ਨਦੀਆਂ ਦਾ ਸੰਗਮ ਹੋ ਜਾਂਦਾ ਹੈ। ਜਮਨਾ ਗੰਗਾ ਵਿੱਚ ਜਾ ਕੇ ਮਿਲ ਜਾਂਦੀ ਹੈ, ਸਰਸਤੀ ਗੰਗਾ ਵਿੱਚ ਮਿਲ ਜਾਂਦੀ ਹੈ, ਉੱਥੋਂ ਫਿਰ ਤਿੰਨੇ ਨਦੀਆਂ ਇਕੱਠੀਆਂ ਹੋ ਕੇ ਬੰਗਾਲ ਦੀ ਖਾੜੀ ਤੱਕ ਗੰਗਾ ਰੂਪ ਵਿੱਚ ਹੀ ਜਾਂਦੀਆਂ ਹਨ। ਉਸ ਜਗ੍ਹਾ ਦਾ ਨਾਮ ਹੈ ਪ੍ਰਿਆਗ ਰਾਜ ਤ੍ਰਵੇਣੀ। ਅੱਜ ਕਾ ਲੋ ਮੁਸਲਮਾਨਾ ਨੇ ਜਦੋਂ ਬਾਦਸ਼ਾਹ ਮੁਸਲਮਾਨ ਹੋਏ ਨੇ ਉਹਨਾਂ ਨੇ ਉਹਦਾ ਨਾਮ ਲਾਹਬਾਦ ਰੱਖ ਦਿੱਤਾ ਸੀ ਵੈਸੇ ਜਗਾ ਦਾ ਨਾਮ ਤਿਰਵੇਣੀ ਪ੍ਰਿਆਗ ਰਾਜ ਹੀ ਮਹਾਰਾਜ ਨੇ ਲਿਖਿਆ ਜਬ ਹੀ ਜਾਤ ਤਿਰਵੇਣੀ ਭਏ ਪੁੰਨ দান ਦਿਨ ਕਰਤ ਬਿਤੇ ਉਥੇ ਮਹਾਰਾਜ ਸਾਹਿਬ ਜੀ ਨੇ ਬਹੁਤ ਲੰਗਰ ਲਾਏ ਸੰਗਤਾਂ ਨੂੰ ਗੁਰੂ ਗਰੀਬ ਨੂੰ ਲੰਗਰ ਚੁਕਾਇਆ ਕਿਉਂਕਿ ਗੁਰੂ ਮਹਾਰਾਜ ਦੇ ਘਰ ਚ ਸਭ ਤੋਂ ਵੱਡਾ ਪੁੰਨ ਹੈ ਲੰਗਰ ਪ੍ਰਸ਼ਾਦ ਦੇਣਾ ਗੁਰੂ ਨਾਨਕ ਦੇਵ ਜੀ ਨੇ 20 ਰੁਪਈਆ ਦਾ ਲੰਗਰ ਲਾਇਆ ਸੀ ਅੱਜ ਤੱਕ ਚੱਲ ਰਿਹਾ ਹੈ ਭੁੱਖੇ ਨੂੰ ਪ੍ਰਸ਼ਾਦਾ ਪਿਆਸੇ ਨੂੰ ਪਾਣੀ ਨੰਗੇ ਨੂੰ ਕੱਪੜਾ ਅਨਪੜ੍ਹ ਨੂੰ ਵਿੱਦਿਆ ਤੇ ਬਿਮਾਰ ਨੂੰ ਦਵਾਈ ਇਹ ਮਹਾਰਾਜ ਸਾਹਿਬ ਜੀ ਦਾ ਮਾਤਾ ਹੈ ਗੁਰੂ ਨਾਨਕ ਦੇਵ ਜੀ ਦਾ ਭਾਵੇਂ ਅੱਜ ਅਸੀਂ ਇਹਨਾਂ ਚੀਜ਼ਾਂ ਨੂੰ ਭੁੱਲਦੇ ਜਾ ਰਹੇ ਹਾਂ ਇਸੇ ਕਰਕੇ ਸਾਨੂੰ ਠੋਕਰਾਂ ਪੈ ਰਹੀਆਂ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਲਾਹਾਬਾਦ ਪ੍ਰਿਆਗ ਰਾਜ ਦੀ ਧਰਤੀ ਤੇ ਬੇਅੰਤ ਬਖਸ਼ਿਸ਼ਾਂ ਵੰਡੀਆਂ ਸਤਗੁਰਾਂ ਦੇ ਮਾਤਾ ਜੀ ਮਾਤਾ ਨਾਨਕੀ ਜੀ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਹੈ ਕਿ ਤੁਸੀਂ ਬੜਾ ਪ੍ਰਤਾਪੀ ਪੋਤਰਾ ਵੇਖੋਗੇ ਮੈਨੂੰ ਮੇਰੇ ਪਤੀ ਦੇਵ ਨੇ ਮਹਾਰਾਜ 6ਵੇਂ ਪਾਤਸ਼ਾਹ ਨੇ ਕਿਹਾ ਸੀ ਕਿ ਨਾਨਕੀ ਜੀ ਤੁਹਾਡਾ ਪੋਤਰਾ ਸਾਡਾ ਪੋਤਰਾ ਬੜਾ ਪ੍ਰਤਾਪੀ ਹੋਵੇਗਾ ਜਿਹੜੇ ਕਾਰਜ ਅਸੀਂ ਵਿੱਚ ਛੱਡੇ ਨੇ ਉਹ ਪੂਰੇ ਕਰੇਗਾ ਸਾਡੇ ਆਰੰਭੇ ਹੋਏ ਕਾਰਜਾਂ ਨੂੰ ਸੰਪੂਰਨਤਾ ਕਰੇਗਾ ਸਾਡਾ ਪੋਤਰਾ ਤੇ ਮਾਤਾ ਨਾਨਕੀ ਜੀ ਕਹਿੰਦੇ ਆ ਵੀ ਸਤਿਗੁਰੂ ਜੀ ਉਹ ਸਮਾਂ ਕਦੋਂ ਆਣਾ ਹੈ ਜਦੋਂ ਮੈਂ ਪੋਤਰੇ ਦਾ ਮੂੰਹ ਦੇਖਾਂਗੀ ਤਾਂ ਸਤਿਗੁਰੂ ਜੀ ਨੇ ਆਖਿਆ ਮਾਤਾ ਜੀ ਅਰਦਾਸ ਕਰਿਏ ਪਰਮੇਸ਼ਰ ਕਿਰਪਾ ਕਰਨਗੇ ਤਾਂ ਉਸ ਵੇਲੇ ਭਾਈ ਬੰਨੋ ਸਾਹਿਬ ਵਾਲੀ ਜਿਹੜੀ ਢੀੜ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਦਾ ਸਰੂਪ ਹੁੰਦਾ ਸੀ ਪਹਿਲੇ ਕਰਤਾਰਪੁਰ ਵਾਲਾ ਸਰੂਪ ਹੈ ਜਿਹੜਾ ਬਾਬਾ ਧੀਰਮਲ ਜੀ ਦੇ ਕੋਲ ਹੈ ਹੁਣ ਵੀ ਉਹਨਾਂ ਦੇ ਪਰਿਵਾਰ ਕੋਲ ਹੈ ਦੂਸਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਜਿਹੜਾ ਭਾਈ ਬੰਨੋ ਸਾਹਿਬ ਜੀ ਨੇ ਉਤਾਰਾ ਕੀਤਾ ਹੈ ਤੀਸਰਾ ਸਰੂਪ ਹੈ ਜਿਹੜਾ ਦਮਦਮੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਖਵਾਇਆ ਹੈ ਤੋ ਉਸ ਤੋਂ ਪਹਿਲਾਂ ਜਿਆਦਾ ਜਿਹੜੇ 100 ਸਾਲ ਦੇ ਅੰਦਰ ਉਤਾਰੇ ਹੋਏ ਨੇ ਪੰਜਵੇਂ ਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਤੋਂ 6ਵੇਂ ਪਾਤਸ਼ਾਹ 7ਵੇਂ ਪਾਤਸ਼ਾਹ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਉਹ ਜਿਆਦਾ ਸਰੂਪ ਮਿਲਦੇ ਨੇ ਭਾਈ ਬੰਨੋ ਸਾਹਿਬ ਵਾਲੇ ਉਸ ਬੀੜ ਤੋਂ ਮਹਾਰਾਜ ਨੇ ਪਾਠ ਆਰੰਭ ਕਰਾਇਆ ਸਾਰਾ ਪਾਠ ਇੱਕੋ ਚੌਂਕੜੇ 'ਚ ਬਹਿ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਨੇ ਸੁਣਿਆ ਜਪ ਤਪ ਭਜਨ ਬੰਦਗੀ ਕਰਕੇ ਸੋਤ ਲੰਗਰ ਲਾਇਆ ਸਾਧੂ ਸੰਤਾਂ ਫਕੀਰਾਂ ਗਰੀਬਾਂ ਗੁਰਬਿਆਂ ਨੂੰ ਬਨਾਰਸ ਦੇ ਵਿੱਚ ਖੁੱਲਾ ਲੰਗਰ ਜਗ ਕਰਕੇ ਛਕਾ ਕੇ ਅਰਦਾਸ ਕਰਾਈ ਤੇ ਜਦੋਂ ਸਮਾਪਤੀ ਤੇ ਅਰਦਾਸ ਹੋਈ ਕਿ ਮਹਾਰਾਜ ਕਿਰਪਾ ਕਰੋ ਸਹਿਬ ਜੀ ਦਾ ਬਖਸ਼ੋ ਤਾਂ ਕਾਲਪੁਰਖ ਦੀ ਕਿਰਪਾ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਾਤਾ ਗੁਜਰੀ ਜੀ ਦੇ ਉਧਰ ਵਿੱਚ ਆ ਨਿਵਾਸ ਕੀਤਾ ਮਹਾਰਾਜ ਲਿਖਦੇ ਨੇ ਤਾਤ ਮਾਤ ਮੁਰ ਅਲਖ ਅਰਾਧਾ ਬਹੁ ਵਿਦ ਜੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਖ ਕੀ ਸੇਵਾ ਤਾਂ ਤੇ ਭਏ ਪ੍ਰਸਾਨ ਗੁਰਦੇਵਾ ਜੋ ਸਾਡੇ ਮਾਤਾ ਪਿਤਾ ਨੇ ਪਰਮੇਸ਼ਰ ਦੀ ਭਗਤੀ ਕੀਤੀ ਹੈ ਸਾਧਨਾ ਕੀਤੀ ਨਾਮ ਸਿਮਰਨ ਕੀਤਾ ਜਪ ਤਪ ਕੀਤਾ ਉਸ ਤੋਂ ਵਾਹਿਗੁਰੂ ਅਕਾਲ ਪੁਰਖ ਜੀ ਨੇ ਪ੍ਰਸਾਨ ਹੋ ਕੇ ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਦੇ ਘਰ ਭੇਜਿਆ ਤੇ ਮਹਾਰਾਜ ਕਹਿੰਦੇ ਜਬ ਆਇਸ ਪ੍ਰਭ ਕੋ ਭਇਓ ਜਨਮ ਤਰਾ ਜਗ ਆਇ ਪਰਮੇਸ਼ਰ ਦੀ ਆਗਿਆ ਨਾਲ ਅਸੀਂ ਜਨਮ ਲਿਆ ਆਪ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ ਹੁਣ ਅਸੀਂ ਸੰਖੇਪ ਨਾਲੇ ਸਾਰੀ ਕਥਾ ਦੱਸਦੇ ਆ ਤੇ ਮਹਾਰਾਜ ਕਹਿੰਦੇ ਜਦੋਂ ਤਰਵੇਣੀ ਵਿੱਚ ਸਾਡਾ ਨਿਵਾਸ ਮਾਤਾ ਜੀ ਦੇ ਉਧਰ ਚ ਹੋਇਆ ਤੇ ਪਟਨਾ ਸ਼ਹਿਰ ਵਿਖੇ ਭਾਵ ਲਿਓ ਉੱਥੋਂ ਚੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਜੇ ਰਾਮ ਸਿੰਘ ਦੇ ਨਾਲ ਪਟਨੇ ਸਾਹਿਬ ਜਾ ਪਹੁੰਚੇ ਉੱਥੇ ਇੱਕ ਹੁਕਮਨਾਮਾ ਪਿਆ ਹੋਇਆ ਗੁਰੂ ਸਾਹਿਬ ਦੇ 22 ਹੁਕਮਨਾਮੇ ਗੁਰੂ ਤੇਗ ਬਹਾਦਰ ਸਾਹਿਬ ਜਿਹਦੇ ਡਾਕਟਰ ਗੰਡਾ ਸਿੰਘ ਜੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਕਾਸ਼ਿਤ ਕੀਤੇ ਹੈ ਅਦੀਤ ਮੌਕਾ ਮਿਲੇ ਤੇ ਉਹ ਪੋਥੀ ਪੜਨ ਵਾਲੀ ਹੈ ਮਹਾਰਾਜ ਦੇ ਹੁਕਮਨਾਮਿਆਂ ਦੇ ਦਰਸ਼ਨ ਹੁੰਦੇ ਇੱਕ ਹੁਕਮਨਾਮੇ ਚ ਲਿਖਿਆ ਹੈ ਕਿ ਹਵੇਲੀ ਹੋਵੇ ਬੜੀ ਬੜੀ ਹੋਵੇ ਤਿਸਮੋਂ ਕਬੀਲੋ ਹਮਾਰੋ ਰਖਣੋ ਉਸ ਵੇਲੇ ਦੀ ਬੋਲੀ ਹੈ ਮਹਾਰਾਜ ਕਹਿੰਦੇ ਕੋਈ ਵੱਡੀ ਹਵੇਲੀ ਹੋਵੇ ਉੱਥੇ ਸਾਡਾ ਪਰਿਵਾਰ ਰਹੇਗਾ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਭਾਈ ਸਾਲਸਰਾਏ ਜੋਰੀ ਦੀ ਬੇਲੀ ਜੀ ਆ ਕੇ ਚਰਨ ਪਾਓ ਸਾਲਸਰਾਏ ਜੋਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਤੇ ਬਖਸ਼ਿਸ਼ ਕੀਤੀ ਸੀ ਭਾਈ ਮਰਦਾਨਾ ਲਾਲ ਵੇਚਣ ਜਦੋਂ ਗਿਆ ਸੀ ਤੇ ਸਾਲਸਰਾਏ ਜੋਰੀ ਮਹਾਰਾਜ ਦਾ ਪ੍ਰੇਮੀ ਬਣ ਗਿਆ ਸੀ ਸਾਖੀ ਬੜੀ ਲੰਮੀ ਹੈ ਤੇ ਸਾਲਸਰਾਏ ਜੋਰੀ ਨੂੰ ਗੁਰੂ ਸਾਹਿਬ ਨੇ ਸ਼ਬਦ ਉਚਾਰਿਆ ਸੀ ਕਿ ਸਾਲਸ ਤੂੰ ਜੋਰੀ ਆਪਣਾ ਲਾਲ ਪਛਾਨ ਆਪਣੇ ਅੰਦਰ ਹਿਰਦੇ ਨੂੰ ਪਛਾਨ ਆਪਣੇ ਆਪਣੀ ਆਤਮਾ ਨੂੰ ਪਛਾਨ ਬਖਸ਼ਿਸ਼ ਕੀਤੀ ਸੀ ਉੱਥੇ ਬਹੁਤ ਸਾਰੇ ਸ਼ਬਦ ਉਚਾਰਨ ਕੀਤੇ ਉਹ ਪਟਨਾ ਸਾਹਿਬ ਸਾਲਸਰਾਏ ਹਵੇ ਜੋਰੀ ਦੀ ਹਵੇਲੀ ਤੇ ਜੋਰੀ ਨੇ ਬੇਨਤੀ ਕੀਤੀ ਮਹਾਰਾਜ ਇੱਥੇ ਰਹੋ ਤੁਸੀਂ ਇੱਥੇ ਹੀ ਆਸਣ ਲਾ ਲਓ ਇਹ ਘਰ ਤੁਹਾਡਾ ਹੀ ਹੈ ਮਾਰੇ ਕਹਿੰਦੇ ਅਜੇ ਨਹੀਂ ਦਸਮਾ ਜਾਮਾ ਸਾਡਾ ਇੱਥੇ ਹੀ ਪ੍ਰਗਟ ਹੋਵੇਗਾ ਇਹ ਬਚਨ ਗੁਰੂ ਨਾਨਕ ਸਾਹਿਬ ਨੇ ਕੀਤੇ ਸੀ ਉਹ ਬਚਨ ਪੂਰੇ ਹੋਣੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਉਸੇ ਹਵੇਲੀ ਚਵਤਾਰ ਧਾਰਿਆ ਪਟਨਾ ਸ਼ਹਿਰ ਵਿਖੇ ਭਵ ਲੈਓ ਸੋ ਪਟਨੇ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਗੁਰੂ ਤੇਗ ਬਹਾਦਰ ਸਾਹਿਬ ਮਾਤਾ ਗੁਜਰੀ ਜੀ ਜਾ ਬਿਰਾਜੇ ਤੇ ਆਪਣੇ ਪਰਿਵਾਰ ਨੂੰ ਪਟਨੇ ਸਾਹਿਬ ਛੱਡ ਕੇ ਕੁਝ ਦਿਨਾਂ ਬਾਅਦ ਗੁਰੂ ਜੀ ਅੱਗੇ ਤੂ ਬੜੀ ਸਾਹਿਬ ਅਸਾਮ ਵਾਲਾ ਬੰਗਲਾਦੇਸ਼ ਲਕਸ਼ਮੀਪੁਰ ਕੜਾ ਗੋਲਾ ਇਹ ਬਹੁਤ ਸਾਰੇ ਸਥਾਨ ਉਧਰ ਪੂਰਬ ਦੇਸ਼ ਦੇ ਵਿੱਚ ਹਨ ਮਹਾਰਾਜ ਉੱਥੇ ਜਾ ਕੇ ਚਰਨ ਪਾਏ ਬ੍ਰਹਮਪੁੱਤਰ ਦਰਿਆ ਦੇ ਕੰਢੇ ਤੇ ਪਿੱਛੋਂ ਗੁਰੂ ਸਾਹਿਬ ਦੇ ਘਰ ਸਾਹਿਬ ਜਾਦੇ ਦਾ ਜਨਮ ਹੋਇਆ ਉਥੋਂ ਪਟਨੇ ਸਾਹਿਬ ਤੋਂ ਹੁਕਮਨਾਮਾ ਜਿਹੜਾ ਅੱਜ ਵੀ ਉੱਥੇ ਤਖਤ ਸਾਹਿਬ ਦੇ ਅੰਦਰ ਦਰਸ਼ਨ ਕਰਾਏ ਜਾਂਦੇ ਆ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਲਿਖ ਕੇ ਭੇਜਿਆ ਹੋਇਆ ਵੀ ਗੋਬਿੰਦ ਦਾਸ ਕੇ ਜਨਮ ਕੀ ਵਧਾਈ ਲਈ ਵਧਾਈਆਂ ਦਿੱਤੀਆਂ ਮਿਲੀਆਂ ਖੁਸ਼ੀਆਂ ਮਨਾਈਆਂ ਗਈਆਂ ਸੋ ਇਸ ਤਰ੍ਹਾਂ 사ਤਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਵ ਹੋਇਆ ਪਟਨੇ ਸਾਹਿਬ ਅੱਜ ਹੁਣ ਉੱਥੇ ਲਾਈਵ ਚੱਲ ਰਿਹਾ ਹੋਣਾ ਬਹੁਤ ਵੱਡਾ ਸਮਾਗਮ ਜਦੋਂ ਪਿਛਲੇ 350 ਸਾਲਾ ਮਨਾਇਆ ਉਥੋਂ ਦੀ ਸਰਕਾਰ ਨੇ ਵੀ ਬੜੀ ਸੇਵਾ ਕੀਤੀ ਹੈ ਸੰਗਿਤਾ ਨੇ ਵੀ ਬੜਾ ਉਤਸ਼ਾਹ ਦਿਖਾਇਆ ਜਿਹਦੇ ਕਰਕੇ ਹੁਣ ਸੰਗਤਾਂ ਦੀ ਆਵਾਜਾਈ ਵੱਧ ਗਈ ਹੈ ਪਹਿਲਾਂ ਤਾਂ ਅਸੀਂ ਜਦੋਂ ਦੇਖਦੇ ਹੁੰਦੇ ਸੀ ਪਟਨਾ ਸਾਹਿਬ ਜੋੜ ਮੇਲੇ ਤੇ ਬਸ ਥੋੜੀ ਜੀ ਸੰਗਤ ਸਮਝੋ 5-4000 ਵੱਧ ਤੋਂ ਵੱਧ 10000 ਪਹੁੰਚਦੀ ਸੀ ਹੁਣ ਸੰਗਤਾਂ ਲੱਖਾਂ ਦੇ ਹਿਸਾਬ ਨਾਲ ਉੱਥੇ ਗੁਰਪੂਰਵ ਤੇ ਪਹੁੰਚਣ ਲੱਗ ਪਈਆਂ ਨੇ ਮਹਾਰਾਜ ਦਾ ਪ੍ਰਕਾਸ਼ ਪੂਰਵ ਕਿਉਂਕਿ ਉੱਥੇ ਰਹਿਣ ਦਾ ਸਾਧਨ ਬਣ ਗਿਆ ਹੈ ਸੰਗਤਾਂ ਵਾਸਤੇ ਤਖਤ ਸ੍ਰੀ ਪਟਨਾ ਸਾਹਿਬ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਾਵ ਲਿਓ ਸੋ ਕੱਲ ਦੇ ਦੀਵਾਨ ਵੀ ਮਹਾਰਾਜ ਦੇ ਪ੍ਰਕਾਸ਼ ਪੁਰਗ ਨੂੰ ਸੰਬੰਧਿਤ ਸੰਗਤਾਂ ਮਨਾਣਗੀਆਂ ਦੀਵਾਨ ਸਜਣਗੇ ਕੀਰਤਨ ਹੋਵੇਗਾ ਕਥਾ ਵਿਚਾਰ ਵੀ ਸਤਿਗੁਰਾਂ ਦੇ ਗੁਰੂ ਕਲਗੀਧਰ ਪਾਤਸ਼ਾਹ ਦੇ ਪ੍ਰਕਾਸ਼ ਤੇ ਉਹਨਾਂ ਦੇ ਜੀਵਨ ਦੇ ਬਾਰੇ ਹੋਵੇਗੀ ਤੇ ਜਿਹੜੇ 40 ਮੁਕਤੇ ਮਹਾਰਾਜ ਸਾਹਿਬ ਜੀ ਦੇ ਨਾਲ ਮਾਗੀ ਦੇ ਸ੍ਰੀ ਮੁਕਤਸਰ ਸਾਹਿਬ ਦੇ ਜੰਗ 'ਚ ਸ਼ਹੀਦ ਹੋਏ ਉਹਨਾਂ ਨੂੰ ਵੀ ਆਪਾਂ ਸ਼ਰਧਾ ਦੇ ਫੁੱਲ ਭੇਟਾ ਕਰਾਂਗੇ ਮੁਕਤਸਰ ਦੀਆਂ ਸੰਗਤਾਂ ਵੱਲੋਂ ਵੀ ਅਤੇ ਭਾਈ ਗੁਰਦੇਵ ਸਿੰਘ ਸਹਿਦ ਪਰਿਵਾਰ ਵੱਲੋਂ ਕਲਗੀਧਰ ਦੇ ਪ੍ਰਕਾਸ਼ ਪੂਰਵ ਨੂੰ ਸਬੰਧਤ ਸ੍ਰੀ ਅਖੰਡ ਪਾਠ ਸਾਹਿਬ ਵੀ ਆਰੰਭ ਹਨ ਸੋ ਸਾਰੇ ਪ੍ਰੋਗਰਾਮਾਂ 'ਚ ਹਾਜ਼ਰੀ ਭਰਾਂਗੇ ਉਪਰੰਤ ਗਤਕੇ ਦੇ ਜੋਰ ਨੌਜਵਾਨ ਬੱਚੇ ਸੰਗਤਾਂ ਨੂੰ ਦਰਸ਼ਨ ਕਰਾਣਗੇ ਜੋ ਦਸਵੇਂ ਪਾਤਸ਼ਾਹ ਨੇ ਖਾਲਸੇ ਨੂੰ ਸ਼ਸਤਰ ਧਾਰੀ ਹੋਣ ਦਾ ਹੁਕਮ ਦਿੱਤਾ ਜਦ ਹਮਰੇ ਦਰਸ਼ਨ ਕੋ ਆਵੋ ਬਾਨ ਸੁਚੇਤ ਤਨ ਸ਼ਸਤਰ ਸਜਾਵੋ ਕਮਰ ਕਸਾ ਕਰ ਦਿਓ ਦਿਖਾਈ ਹਮਰੀ ਖੁਸ਼ੀ ਹੋਏ ਦਿਖਾਈ ਸਤਿਗੁਰਾਂ ਦੇ ਸਾਰੇ ਜੋ ਬਖਸ਼ਿਆਨ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀਆਂ ਉਹਨਾਂ ਦੇ ਸਾਧ ਸੰਗਤ ਜੀ ਆਪਾਂ ਲਾਹੇ ਪ੍ਰਾਪਤ ਕਰਾਂਗੇ ਆਓ ਹੁਣ ਜੋ ਕਥਾ ਚੱਲ ਰਹੀ ਹੈ 6ਵੇਂ ਪਾਤਸ਼ਾਹ ਮਹਾਰਾਜ ਮੀਰੀ ਪਰੀ ਦੇ ਮਾਲਕ ਦਲ ਭੰਜਨ ਗੁਰੂ ਸੂਰਮਾ ਵੱਡ ਜੋਦਾ ਬਹੁਤ ਪਰਉਪਕਾਰੀ ਤਖਤ ਤੇ ਬੈਠੇ ਨੇ ਤੇ ਸਤ ਗੁਰਾਂ ਦਾ ਜਾਹੋ ਜਲਾਲ ਇੰਨਾ ਵੱਧ ਗਿਆ ਹੈ ਦਿਨੋਂ ਦਿਨ ਫੌਜਾਂ ਭਰਤੀ ਹੋ ਰਹੀਆਂ ਨੇ ਮਾਝੇ ਚੋਂ ਮਾਲਵੇ ਚੋਂ ਦੁਆਬੇ ਚੋਂ ਲੰਮੇ ਦੇਸ਼ ਚੋਂ ਨੱਕੇ ਦੇਸ਼ ਚੋਂ ਦੂਰੋਂ ਦੂਰੋਂ ਨੌਜਵਾਨ ਆ ਕੇ ਗੁਰੂ ਦੀ ਫੌਜ ਚ ਭਰਤੀ ਹੁੰਦੇ ਸ਼ਸਤਰ ਚਲਾਉਂਦੇ ਘੋੜਿਆਂ ਦੀ ਸਵਾਰੀ ਕਰਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਢਾਡੀਆਂ ਦੀਆਂ 12 ਗਾਇਆਂ ਜਾਂਦੀਆਂ। ਯੋਧਿਆਂ ਦੇ ਹੌਸਲੇ ਬੁਲੰਦ ਹੁੰਦੇ। ਗੁਰੂ ਹਰਗੋਬਿੰਦ ਸਾਹਿਬ ਦੀ ਚੜ੍ਹਤ ਵੇਖ ਕੇ ਦਿੱਲੀ ਦਾ ਤਖਤ ਵੀ ਹਿੱਲ ਗਿਆ ਤੇ ਲਾਹੌਰ ਦੇ ਨਵਾਬਾਂ ਨੂੰ ਵੀ ਫਿਕਰ ਪੈ ਗਿਆ। ਉਹ ਕਥਾ ਆਪਾਂ ਸਰਵਣ ਕਰੀਏ। ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰੂ ਹਰਿ ਗੋਬਿੰਦ ਜੀ ਧੰ ਗੁਰੂ ਹਰਿ ਗੋਬਿੰਦ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ ਜੀ ਇਸ ਵਿਦ ਸਮੋਬਿਤਾਏ ਇਸ ਪ੍ਰਕਾਰ ਸਮਾਪਤੀਤ ਕਰਦੇ ਹਨ ਭਰਿਓ ਮਹਾ ਬਲ ਦੇਹ ਮਹ ਮਹਾਰਾਜ ਸਾਹਿਬ ਜੀ ਦੇ ਸਰੀਰ ਵਿੱਚ ਬੜਾ ਭਾਰੀ ਬਲ ਬੜੀ ਸ਼ਕਤੀ ਭਰ ਗਈ ਹੈ ਦੀਰਗ ਡੀਲ ਸੁਹਾਏ ਮਹਾਰਾਜ ਸਾਹਿਬ ਜੀ ਦਾ ਕਾਟ ਕਾਠ ਬੜਾ ਉੱਚਾ ਲੰਮਾ ਤੇ ਛਾਤੀ ਚੌੜੀ ਲੰਮੀਆਂ ਬਾਹਾਂ ਮੱਥਾ ਬੜਾ ਨੂਰਾਨੀ ਹੈ ਚੌਪਈ ਉਤ ਚੰਦੂ ਕੀ ਸੁਨੋ ਕਹਾਣੀ ਇਧਰ ਮਹਾਰਾਜੇਵੇਂ ਪਾਦਸ਼ਾਹ ਬਹੁਤ ਦਿਨੋ ਦਿਨ ਜਵਾਨ ਹੁੰਦੇ ਜਾ ਰਹੇ ਐ ਫੌਜਾਂ ਵੀ ਵੱਧਦੀਆਂ ਜਾ ਰਹੀਆਂ ਨੇ ਘੋੜੇ ਵੀ ਵੱਧਦੇ ਜਾ ਰਹੇ ਨੇ ਸ਼ਿਕਾਰ ਖੇਡਣ ਜਾਂਦੇ ਨੇ ਤੇ ਰਾਜਿਆਂ ਵਾਲਾ ਬਾਦਸ਼ਾਹ ਵਾਲਾ ਪ੍ਰਤਾਪ ਐ ਉਧਰ ਚੰਦੂ ਨੂੰ ਪਿਸ਼ੂ ਪੈਣ ਲੱਗ ਪਏ ਚੰਦੂ ਦੀ ਕਹਾਣੀ ਸੁਣੋ ਹੁਣ ਮਹਾਪਾਪ ਕੀ ਮਤ ਉਰਹਾਨੀ ਮਹਾਪਾਪੀ ਜਿਹਦੀ ਬੁੱਧੀ ਭ੍ਰਿਸ਼ਟ ਹੋ ਗਈ ਸੀ ਈਰਖਾ ਦਵੇਸ਼ ਹੰਕਾਰ ਨਾਲ ਅੰਨਾ ਹੋਇਆ ਚੰਦੂ ਜਿਸ ਨੇ ਬਹੁਤ ਵੱਡਾ ਗੁਨਾਹ ਕਰ ਦਿੱਤਾ ਨਾ ਬਖਸ਼ਿਆ ਜਾਣ ਵਾਲਾ ਪਾਪ ਕਰ ਦਿੱਤਾ ਸੀ ਹਾਂਜੀ ਸ੍ਰੀ ਅਰਜਨ ਘਰ ਤਜਿਓ ਸਰੀਰ ਮਹਾਰਾਜ 5ਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦਿੱਤਾ ਇਸ ਤੋਂ ਵੱਡਾ ਹੋਰ ਕੀ ਪਾਪ ਹੋ ਸਕਦਾ ਸੀ ਮਹਾਰਾਜ ਗੁਰੂ ਅਰਜਨ ਸਾਹਿਬ ਉਹਦੇ ਘਰ ਚ ਸਰੀਰ त्यागਿਆ ਹਾਂਜੀ ਦੇਕਰ ਦੋਸ਼ ਮੂਢ ਸਿਰ ਧੀਰ ਉਸ ਮੂਰਖ ਦੇ ਸਿਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਦੋਸ਼ ਮੜ ਦਿੱਤਾ ਪਾਪ ਆਪਣਾ ਸਰੀਰ ਉਸ ਪਾਪੀ ਦੇ ਘਰ त्याग ਕੇ ਉਹਨੂੰ ਝੂਠਿਆਂ ਕਰ ਦਿੱਤਾ ਹੈੁਰਮਹਿ ਡਰਪਤ ਦੁਸ਼ਟ ਮਹਾਨ ਹੁਣ ਪਾਪੀ ਕੇ ਮਾਰਨੇ ਕੋ ਪਾਪ ਮਾਂ ਬਲੀ ਹੈ ਸੋ ਡਰੈ ਜੇ ਪਾਪ ਕਮਾਵੰਦਾ ਧਰਮੀ ਵਿਗਸੇਤ ਚੰਦੂ ਪਾਪੀ ਰੋਜ਼ ਆਪਣੇ ਪਾਪਾਂ ਕਰਕੇ ਹੀ ਡਰਦਾ ਹੈ। ਇਮਨਹਿ ਬਿਦ ਤਹ ਬੀਚ ਜਹਾਨ ਕਿਤੇ ਲੋਕਾਂ ਨੂੰ ਪਤਾ ਨਾ ਲੱਗ ਜਾਏ। ਕਿਤੇ ਇਹ ਗੱਲ ਜ਼ਹਿਰ ਨਾ ਹੋ ਜਾਵੇ ਕਿ ਮੈਂ ਗੁਰੂ ਅਰਜਨ ਦੇਵ ਨੂੰ ਸ਼ਹੀਦ ਕੀਤਾ ਹੈ। ਹੁਣ ਜ਼ਹਿਰ ਤਾਂ ਹੋ ਚੁੱਕੀ ਹੈ। ਉਹ ਤੇ ਗੱਲ ਸਭ ਦੁਨੀਆ ਨੂੰ ਪਤਾ ਲੱਗ ਚੁੱਕੀ ਹਜ਼ਾਰਾਂ ਲੋਕ ਤਾਂ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਜਦੋਂ ਸ਼ਹੀਦ ਹੋਏ ਨਾ ਜਦੋਂ ਰਾਵੀ ਦੇ ਕੰਡੇ ਤੇ ਚੰਦੂ ਦੇ ਘਰ ਤੋਂ ਆ ਗਏ ਸੀ ਮਹਾਰਾਜ ਰਾਵੀ ਦੇ ਕੰਡੇ ਤੇ ਬਹਿ ਕੇ 사ਤਗੁਰੂ ਜੀ ਨੇ ਕੀਰਤਨ ਇੱਕ ਸ਼ਬਦ ਕੀਤਾ ਸੇਵਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵੇ ਉਹ ਆਪਣਾ ਚਲਤੇ 라ਖਿਓ ਜੀਤ ਇਹ ਸ਼ਬਦ ਕੀਰਤਨ ਕਰਕੇ ਜਪਤੀ ਸਾਹਿਬ ਦਾ ਪਾਠ ਕਰਕੇ ਫਿਰ ਸੱਚਖੰਡ ਗਏ ਪੰਜਵੇਂ ਪਾਸ ਓਨੇ ਚਰਿਤ ਚ ਹਜ਼ਾਰਾਂ ਸਿੱਖ ਲਾਹੌਰ ਦੇ ਉੱਥੇ ਇਕੱਠੇ ਹੋ ਗਏ ਸੀ ਸਭ ਨੇ ਦੇਖ ਲਿਆ ਸੀ ਵੀ ਜ਼ਾਲਮਾਂ ਨੇ ਪਾਪੀਆਂ ਨੇ ਮਹਾਰਾਜ ਦੇ ਸਰੀਰ ਤੇ ਛਾਲੇ-ਛਾਲੇ ਕਰਤੇ ਸੀ ਫਿਰ ਭਾਈ ਵੀਦੀ ਚੰਦ ਭਾਈ ਜੇਠਾ ਲੰਗਾ ਪਰਾਣਾ ਪੈੜਾ ਨਾਲ ਸਨ ਉਹਨਾਂ ਨੇ ਜੋ ਕੁਝ ਦੇਖਿਆ ਸੀ ਅੱਖਾਂ ਨਾਲ ਉਹ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੱਸਿਆ ਆ ਕੇ ਮਾਤਾ ਗੰਗਾ ਜੀ ਨੂੰ ਦੱਸਿਆ ਆ ਕੇ ਤੇ ਸੰਗਤਾਂ ਵਿੱਚ ਤੇ ਸਾਰਿਆਂ 'ਚ ਗੱਲ ਪ੍ਰਗਟ ਸੀ ਵੀ ਚੰਦੂ ਨਹੀਂ ਮਹਾਰਾਜ ਨੂੰ ਬੜੇ ਤਸੀਹੇ ਦੇ ਦੇ ਕੇ ਜ਼ੁਲਮ ਕਰਕੇ ਸ਼ਹੀਦ ਕੀਤਾ ਪਰ ਚੰਦੂ ਇਹ ਸੋਚਦਾ ਸੀ ਕਿ ਤੇ ਸਰਕਾਰੀ ਤੌਰ ਤੇ ਗੱਲ ਜਿਵੇਂ ਮੀਡੀਆ 'ਚ ਆ ਜਾਂਦੀ ਹੈ ਜਾਂ ਕਿਸੇ ਕਾਨੂੰਨ ਥੱਲੇ ਆ ਜਾਂਦੀ ਉੱਥੇ ਨਾ ਆ ਜਾਵੇ ਕਹਿੰਦਾ ਪਤਾ ਨਾ ਲੱਗ ਜਾਏ ਬਾਦਸ਼ਾਹ ਦੇ ਬੰਦਿਆਂ ਨੂੰ ਜਾਂ ਕਿਸੇ ਨੂੰ ਹਾਂਜੀ ਸ੍ਰੀ ਸਤਗੁਰੂ ਚੰਦੂ ਨੇ ਮਾਰੇ ਆ ਇਹ ਤੇ ਸਭ ਨੂੰ ਪਤਾ ਵੀ ਸਤਗੁਰੂ ਜੀ ਨੂੰ ਚੰਦੂ ਨਹੀਂ ਸ਼ਹੀਦ ਕੀਤਾ ਹੈ ਛਪੀ ਰਹੇ ਨਹਿ ਹੋਏ ਉਘਾਰੇ ਇਹ ਗੱਲ ਉਗੜ ਨਾ ਜਾਵੇ ਇਹ ਗੱਲ ਕਿਤੇ ਕਾਨੂੰਨ ਦੇ ਸਕੰਜੇ ਜਨਾਮੇ ਨੂੰ ਫਸਾ ਦੇਵੇ ਆਪਣੇ ਪਾਪ ਕਰਕੇ ਡਰਦਾ ਹੈ ਹਾਂਜੀ ਮੁਖਾ ਜਾਰ ਤਤ ਛਿਨ ਮਗ ਪਰਿਓ ਕਹਿੰਦੇ ਉਹਦੀ ਨੋ ਮਰ ਗਈ ਸੀ ਨਾਲ ਹੀ ਗੁਰੂ ਅਰਜਨ ਸਾਹਿਬ ਜੀ ਦਸ਼ੀਦ ਹੋਏ ਨਾ ਉਦਰ ਉਹਦੀ ਨੋ ਮਰ ਗਈ ਆਪਣੀ ਨੋਹ ਦਾ ਸਸਕਾਰ ਕਰਕੇ ਲਾਹੌਰ ਤੋਂ ਚੱਲ ਪਿਆ ਦਿੱਲੀ ਸਹੋ ਨਿਕਟ ਜਿਤ ਧਰਿਓ ਦਿੱਲੀ ਚਲਾ ਗਿਆ ਤੇ ਜਾ ਕੇ ਬਾਦਸ਼ਾਹ ਨੂੰ ਆਪਣੇ ਨਾਲ ਜੋੜ ਕੇ ਰੱਖਣ ਵਾਸਤੇ ਵੱਡੇ ਵੱਡੇ ਵਜ਼ੀਰਾ ਅਮੀਰਾ ਨਾਲ ਗੱਲਬਾਤ ਗੰਢੀ ਹੈ ਕੋ ਨਹਿ ਕਹ ਹੈ ਹਟਕ ਸਭ ਰੱਖੋ ਹਾਂ ਕਹਿੰਦਾ ਕਿਸੇ ਨੂੰ ਬਾਦਸ਼ਾਹ ਕੋਲ ਗੱਲ ਨਾ ਕਰਨ ਦਿਆ ਜੇ ਜੇ ਕਿਤੇ ਗੁਰੂ ਅਰਜਨ ਦੇਵ ਜੀ ਦੀ ਮੌਤ ਦੀ ਗੱਲ ਚੱਲ ਪਵੇ ਤੇ ਰੋਕ ਦਿਆ ਜੇ ਇਹ ਗੱਲ ਕਿਤੇ ਸ਼ੋ ਨਾ ਹੋਣ ਦਿਆ ਜੇ ਹਾਂਜੀ ਕਿਸੇ ਧਨ ਦੇ ਕਿਸ ਬੇਨਤੀ ਭਖ ਕਿਸੇ ਨੂੰ ਇਹਨੇ ਪੈਸੇ ਦਿੱਤੇ ਨੇ ਕਿਸੇ ਨੂੰ ਬੇਨਤੀ ਕਰਕੇ ਮਨਾ ਲਿਆ ਵੱਡੇ ਵੱਡੇ ਅਫਸਰਾਂ ਨੂੰ ਆਪਣੀ ਮੁਠੀ ਚ ਕਰ ਲਿਆ ਹੈ ਚਹਤ ਜੋ ਹਤਿਓ ਬਿਦਤ ਨਹਿ ਹੋਏ ਇਹ ਚੰਦੂ ਦਿਨ ਰਾਤ ਇਸੇ ਚਿੰਤਾ ਚ ਰਹਿੰਦਾ ਕਿ ਜੋ ਮੈਂ ਗੁਰੂ ਅਰਜਨ ਦੇਵ ਨੂੰ ਸ਼ਹੀਦ ਕੀਤਾ ਉਹ ਗੱਲ ਕਿਤੇ ਪ੍ਰਗਟ ਨਾ ਹੋ ਜਾਵੇ ਭਇਓ ਯਤਨ ਕੇ ਤਤ ਪਰ ਸੋਏ ਉਸੇ ਕੰਮ ਚ ਲੱਗਾ ਰਹਿੰਦਾ ਤਤ ਪਰ ਹੁੰਦਾ ਦਿਨ ਰਾਤ ਇਸੇ ਕਾਲ ਚ ਧਿਆਨ ਦਿੰਦਾ ਚੰਦੂ ਅਨੇਕ ਭਾਂਤ ਚਿਤਵਤ ਮਗ ਜਾਤੇ ਰਾਹ ਜਾਂਦਿਆਂ ਵੀ ਸੋਚਦਾ ਹੀ ਰਹਿੰਦਾ ਮੰਜੇ ਤੇ ਬੈਠਾ ਸੋਚਦਾ ਰਹਿੰਦਾ ਰਾਤ ਨੂੰ ਮੰਜੇ ਤੇ ਪਿਆ ਲੰਮਾ ਸੋਚਦਾ ਰਹਿੰਦਾ ਰੋਟੀ ਖਾਂਦਿਆਂ ਵੀ ਇਹੀ ਸੋਚਦਾ ਰਹਿੰਦਾ ਤੇ ਜਦੋਂ ਰਸਤੇ ਵਿੱਚ ਜਾਂਦਾ ਇਦਾਂ ਹੀ ਸੋਚਦਾ ਰਹਿੰਦਾ ਹਾਂਜੀ ਨਿਤ ਸਾਹੋ ਚਿਤ ਹੋਇ ਨਾ ਰਿ ਸਾਤੇ ਕਿਤੇ ਇਹ ਗੱਲ ਬਾਦਸ਼ਾਹ ਮੇਰੇ ਗੱਲ ਨਾ ਮੜ ਦਵੇ ਕਿਤੇ ਬਾਦਸ਼ਾਹ ਗੁੱਸੇ ਨਾ ਹੋ ਜਾਵੇ ਕਿਉਂਕਿ ਰਾਜਨੀਤੀ ਇਹੋ ਜੀ ਚੀਜ਼ ਹੈ ਇਹਦੇ ਚ ਦਾ ਪੇਚ ਸਾਰੇ ਇੱਕ ਦੂਜੇ ਨਾਲ ਵਰਤ ਲੈਂਦੇ ਜਹਾਂਗੀਰ ਨੇ ਵਰਤਿਆ ਵੀ ਹੈ ਬਾਅਦ ਵਿੱਚ ਸਾਰਾ ਭਾਂਡਾ ਚੰਦੂ ਦੇ ਸਿਰ ਹੀ ਭਾਂਡ ਦਿੱਤਾ ਤੇ ਜਹਾਂਗੀਰ ਆਪ ਮਾਫੀ ਮੰਗ ਗਿਆ ਗੁਰੂ ਸਾਹਿਬ ਤੋਂ ਤੇ ਵੈਸੇ ਜਹਾਂਗੀਰ ਦਾ ਵੀ ਹੱਥ ਵਿੱਚ ਸੀ ਤੇ ਇਸ ਗੱਲ ਤੋਂ ਚੰਦੂ ਡਰਦਾ ਵੀ ਜਹਾਂਗੀਰ ਕਿਤੇ ਸਾਰਾ ਭਾਂਡਾ ਮੇਰੇ ਸਿਰ ਨਾ ਭੰਨ ਦਵੇ ਪਹੁੰਚਿਆ ਪੁਰੀ ਸਦਨ ਤਬ ਗयो ਕਹਿੰਦੇ ਇਹ ਗੱਲ ਅੰਦਰ ਖਾਤੇ ਗੁਪਤ ਰੱਖੀ ਗਈ ਸੀ ਸਰਕਾਰ ਨੇ ਸ਼ੋਅ ਨਹੀਂ ਸੀ ਕੀਤੀ ਵੱਡੇ ਵੱਡੇ ਲੋਕਾਂ ਦਾ ਖੁਦ ਜਹਾਂਗੀਰ ਦਾ ਹੱਥ ਸੀ ਪਰ ਬਾਕੀ ਕਿਸੇ ਤੇ ਗੱਲ ਨਹੀਂ ਆਈ ਚੰਦੂ ਦਾ ਨਾਮ ਜਿਹੜਾ ਹੈ ਉਹ ਆਉਣਾ ਹੀ ਸੀ ਕਿਉਂਕਿ ਚੰਦੂ ਦੇ ਘਰ ਮਹਾਰਾਜ ਸ਼ਹੀਦ ਹੋਏ ਆ ਜਾਹਾਂਗੀਰ ਬਾਦਸ਼ਾਹ ਸੇਖ ਅਹਿਮਦ ਸ਼ਰੰਦੀ ਸੇਖ ਮੁਰਤਜ਼ਾ ਖਾਨ ਵਗੈਰਾ ਉਹ ਬਾਅਦ ਵਿੱਚ ਜਦੋਂ ਇਤਿਹਾਸ ਦੀਆਂ ਕਿਤਾਬਾਂ ਫਰੋਲੀ ਦੀਆਂ ਫਿਰ ਪਤਾ ਲੱਗਦਾ ਇਹਨਾਂ ਦੀਆਂ ਚਿੱਠੀਆਂ ਲੱਭੀਆਂ ਜਦੋਂ ਤੋਂ ਚੰਦੂ ਨੂੰ ਖਤਰਾ ਇਹ ਹੈ ਵੀ ਇਹ ਮੁਸਲਮਾਨ ਮੈਨੂੰ ਫਸਾ ਦੇਣਗੇ ਜੇ ਕਿਤੇ ਇਹਨਾਂ ਨੂੰ ਮੈਂ ਕਾਬੂ ਜਨਾ ਨਾ ਰੱਖਿਆ ਉਹਨਾਂ ਨੂੰ ਫਿਰ ਹੱਥ ਜੋੜਦਾ ਰਹਿੰਦਾ ਉਹਨਾਂ ਦੇ ਤਰਲੇ ਕਰਦਾ ਰਹਿੰਦਾ ਉਹਨਾਂ ਨੂੰ ਰਿਸ਼ਵਤ ਦਿੰਦਾ ਰਹਿੰਦਾ ਆਂਦੀ ਕਲਹ ਸੁਤਾ ਦੇਖਤ ਦੁਖ ਭਯੋ ਆਪਣੇ ਘਰ ਕੁਆਰੀ ਲੜਕੀ ਸਦਾ ਕੌਰ ਜਿਹੜੀ ਕਲਾ ਦਾ ਹੀ ਲੜਾਈ ਦਾ ਹੀ ਰੂਪ ਹੈ ਮੰਨ ਲੋ ਕਲਾ ਦਾ ਹੀ ਅਵਤਾਰ ਹੈ ਉਹਨੂੰ ਦੇਖ ਕੇ ਦੁਖੀ ਹੁੰਦਾ ਚੰਦੂ ਜਿਸ ਹਿਤ ਪਾਪ ਕੀਨ ਬਹੁ ਤੇਰਾ ਤੇ ਕਹਿੰਦਾ ਇਸ ਕੁੜੀ ਪਿੱਛੇ ਮੈਨੂੰ ਬੜੇ ਪਾਪ ਕਰਨੇ ਪਏ ਇਸ ਕੁੜੀ ਪਿੱਛੇ ਮੈਨੂੰ ਕਤਲ ਕਰਨੇ ਪਏ ਕਹਿੰਦਾ ਹਾਂਜੀ ਤਉ ਨ ਤਿਸ ਕੋ ਸੁਖ ਕਿਮਹਿਰਾ ਫੇਰ ਵੀ ਇਹ ਸੁਖੀ ਨਹੀਂ ਹੋਈ ਵਿਆਹਣ ਜੋਗੀ ਐ ਵਿਆਹੀ ਨਹੀਂ ਗਈ ਇਹਨੂੰ ਪਤੀ ਨਹੀਂ ਮਿਲਿਆ ਹਾਂਜੀ ਜਹਾਂਗੀਰ ਕੇ ਤੀਰਜ ਜਾਏ ਜਦੋਂ ਬਾਦਸ਼ਾਹ ਦੇ ਕੋਲ ਜਾਂਦਾ ਸਭ ਸੋ ਮਿਲਿਓ ਪ੍ਰੇਮ ਉਪਜਾਏ ਜਿਹੜੇ ਵੱਡੇ ਵੱਡੇ ਅਫਸਰ ਨੇ ਆਹਲਾ ਅਫਸਰ ਨੇ ਬਾਦਸ਼ਾਹ ਦੇ ਉਹਨਾਂ ਨੂੰ ਪ੍ਰੇਮ ਨਾਲ ਮਿਲ ਕੇ ਹੱਥ ਜੋੜ ਜੋੜ ਕੇ ਖੁਸ਼ ਕਰਕੇ ਰੱਖਦਾ ਹੈ ਬਹੁ ਮੁੱਲਾ ਕਿਸ ਹੂਪਟ ਦੇਤ ਕਿਸੇ ਨੂੰ ਬਹੁਤ ਕੀਮਤੀ ਤਪਸ਼ਮੀਨੇ ਦੀ ਸ਼ਾਲ ਭੇਟਾ ਕਰਦਾ ਕਿਸੇ ਨੂੰ ਦੁਸ਼ਾਲਾ ਦਿੰਦਾ ਕਿਸੇ ਨੂੰ ਮਾਇਆ ਦਿੰਦਾ ਕਿਸੇ ਨੂੰ ਕੋਈ ਚੰਗਾ ਘੋੜਾ ਗਿਫਟ ਕਰ ਦਿੰਦਾ ਇਦਾਂ ਫਿਰ ਉਹ ਸਾਰੇ ਅਫਸਰਾਂ ਨੂੰ ਨਾ ਖੁਸ਼ ਕਰਕੇ ਰੱਖਦਾ ਹਾਂਜੀ ਕਾਹੂ ਕੁਸ਼ਾਮਤ ਕਰ ਖੁਸਲੇਤ ਕਿਸੇ ਦੀ ਖੁਸ਼ਾਮਦ ਕਰਦਾ ਖਾਨ ਸਾਹਿਬ ਜੀ ਨਵਾਬ ਸਾਹਿਬ ਜੀ ਇਦਾਂ ਕਹਿ ਕੇ ਕੇ ਮਿੱਠਾ ਬਣ ਕੇ ਰਹਿੰਦਾ ਉਹਨਾਂ ਦੇ ਸਾਹਮਣੇ ਹਾਂਜੀ ਕਿਸ ਹੂੰ ਦਰਬਦੀਨ ਹਰ ਖਾਵੇ ਕਿਸੇ ਨੂੰ ਪੈਸਾ ਦੇ ਕੇ ਖੁਸ਼ ਕਰ ਲੈਂਦਾ ਹਾਂਜੀ ਫੇਰ ਘੇਰ ਤੇ ਬਾਤ ਜਨਾਵੇ ਤੇ ਫੇਰ ਘੇਰ ਨਾਲ ਗੱਲ ਵੀ ਕਰਦਾ ਕਿਉਂਕਿ ਅੰਦਰ ਗੱਲ ਟਿਕਦੀ ਨਹੀਂ ਪਾਪ ਕੀਤਾ ਉਹ ਛਲ ਛਲ ਕੇ ਆਉਂਦਾ ਅੰਦਰ ਤੇ ਉਹਨਾਂ ਨੂੰ ਕਹਿੰਦਾ ਹੈ ਮਰਿਓ ਗੁਰੂ ਅਰਜਨ ਲਵ ਪਰਮੇ ਕਹਿੰਦਾ ਉਹਨਾਂ ਮੇਰੇ ਘਰ ਗੁਰੂ ਅਰਜਨ ਦੇਵ ਜੀ ਆਏ ਸੀ ਨਾ ਉਹਨਾਂ ਦੀ ਮੌਤ ਹੋ ਗਈ ਹੈ। ਉਹਨਾਂ ਦਾ ਕਹਿੰਦੇ ਚਲਾਣਾ ਹੋ ਗਿਆ ਮੇਰੇ ਘਰ ਆਏ ਹੋਏ ਸੀ ਕਹਿੰਦਾ। ਹਾਂਜੀ। ਨਿਸ ਹੈਜ਼ਾ ਹੋਏ ਗयो ਉਧਰ ਮੈਂ। ਗਰਮੀ ਬੜੀ ਸੀ। ਉਹਨਾਂ ਨੂੰ ਹੈਜਾ ਹੋ ਗਿਆ ਸੀ ਕਹਿੰਦਾ। ਹੈਜਾ ਹੋ ਗਿਆ ਸੀ। ਹੈਜੇ ਨਾਲ ਉਹਨਾਂ ਦੀ ਮੌਤ ਗਰਮੀ ਵਿੱਚ ਹੋ ਗਈ। ਹਾਂਜੀ। ਸਾਹ ਸਮੀਪ ਨਾ ਕਹੋ ਪ੍ਰਸੰਗ। ਪਰ ਤੁਸੀਂ ਖਾਨ ਸਾਹਿਬ ਥੋੜਾ ਜਿਹਾ ਖਿਆਲ ਰੱਖਿਆ ਜੇ ਕਿ ਚਿਹਰੇ ਵਿੱਚ ਜੇ ਕੋਈ ਗੱਲ ਚੱਲੇ ਨਾ ਤੇ ਦਬਾ ਲਿਆ ਜੇ ਥੋੜਾ ਜਿਹਾ ਮੇਰਾ ਖਿਆਲ ਰੱਖਿਆ ਜੇ। ਪਤਾ ਸਾਰਿਆਂ ਨੂੰ ਇੱਕ ਦੂਜੇ ਨੂੰ ਪਰ ਦੇਖੋ ਝੂਠੇ ਬੰਦੇ ਇਕੱਠੇ ਕਿ ਕਿਵੇਂ ਗੱਲ ਦੇ ਪਰਦਾ ਪਾਉਂਦੇ ਆ ਕਿਵੇਂ ਕਹਾਣੀ ਬਦਲ ਦਿੰਦੇ ਆ ਕਹਿੰਦਾ ਵੀ ਹਜੇ ਨਾਲ ਗੁਰੂ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਜੀ ਦੀ ਮੌਤ ਹੋਈ ਹੈ ਤੇ ਤੁਸੀਂ ਥੋੜਾ ਜਿਆ ਨਾ ਪਰਦਾ ਪਾ ਕੇ ਰੱਖਿਆ ਜੀ ਹਾਂਜੀ ਜੇ ਗੱਲ ਪਰ ਹੈ ਕਹੋ ਇਸ ਢੰਗ ਜੇ ਗੱਲ ਚੱਲ ਪਵੇ ਉਹਨਾਂ ਦੇ ਬਾਰੇ ਤੇ ਤੁਸੀਂ ਕਿਹਾ ਜੇ ਵੀ ਹਜੇ ਕਰਕੇ ਉਹਨਾਂ ਦੀ ਮੌਤ ਹੋਈ ਹੈ ਹਾਂਜੀ ਕੋ ਕੋ ਨਾਮ ਲੇਤ ਹੈ ਮੇਰੋ ਕਹਿੰਦਾ ਕਈ ਕਈ ਨਾ ਮੇਰਾ ਨਾਮ ਹੀ ਲੈਂਦੇ ਆ ਕਈ ਬੰਦੇ ਮੇਰੇ ਤੇ ਸ਼ੱਕ ਕਰਦੇ ਕਿ ਮੈਂ ਉਹਨਾਂ ਨੂੰ ਮਾਰਿਆ ਭਲਾ ਮੈਂ ਕਿਉਂ ਮਾਰਾਂਗਾ ਮੇਰੇ ਘਰ ਆਏ ਜ਼ਰੂਰ ਸੀ ਰਾਤ ਦੂਰ ਰਾਤ ਰਹੇ ਨੇ ਤੇ ਮੈਂ ਤਾਂ ਉਹਨਾਂ ਦੀ ਸੇਵਾ ਕਰਨੀ ਚਾਹੁੰਦਾ ਸੀ ਪਰ ਉਹਨਾਂ ਨੂੰ ਹੈ ਜਾ ਹੋ ਗਿਆ ਹੈ ਜੇ ਕਰਕੇ ਉਹਨਾਂ ਦੀ ਮੌਤ ਹੋ ਗਈ ਇਸ ਕਰਕੇ ਤੁਸੀਂ ਖਾਨ ਸਾਹਿਬ ਥੋੜਾ ਖਿਆਲ ਰੱਖਿਆ ਜੇ ਵੀ ਕਿਤੇ ਕੋਈ ਗੱਲ ਚੱਲ ਪਵੇ ਮੇਰੇ ਗੁਰੂ ਅਰਜਨ ਦੇਵ ਜੀ ਨੂੰ ਮੈਂ ਮਾਰਿਆ ਤੁਸੀਂ ਸਾਬ ਲਿਆ ਜੇ ਦੱਸ ਦਿਆ ਜੇ ਸਚਾਈ ਕਿ ਮੈਂ ਨਹੀਂ ਮਾਰਿਆ ਉਹਨਾਂ ਨੂੰ ਤੇ ਹੈ ਜੇ ਕਰਕੇ ਇਦਾਂ ਹੋਇਆ ਹਾਂਜੀ ਤੁਮ ਢਿੱਗ ਕਹੇ ਚਿਰਕ ਦੇਹੋ ਫੇਰੋ ਜੇ ਤੁਹਾਨੂੰ ਤੁਹਾਡੇ ਕੋਲ ਗੱਲ ਕਰੇ ਨਾ ਕੋਈ ਬੰਦਾ ਝਿੜਕ ਦੇ ਹਜੇ ਥੋੜਾ ਜਿਹਾ ਦਬਕਾ ਮਾਰਦੇ ਚੁੱਪ ਕਰ ਜਾਏਗਾ ਕਿਉਂਕਿ ਵੱਡੇ ਲੋਕਾਂ ਦੇ ਸਾਹਮਣੇ ਹਰ ਬੰਦਾ ਜ਼ੁਬਾਨ ਨਹੀਂ ਖੋਲਦਾ ਸੱਚਾ ਬੰਦਾ ਵੀ ਕਹਿੰਦਾ ਆਪਾਂ ਕੀ ਲੈਣਾ ਮਰਨਾ ਇਹ ਵੱਡੇ ਲੋਕ ਨੇ ਤੇ ਤੁਸੀਂ ਸਾਰੇ ਮੇਰੇ ਮਿੱਤਰੋ ਤੁਸੀਂ ਖਿਆਲ ਰੱਖਿਆ ਜੇ ਕਿਤੇ ਕਚਹਿਰੀ ਵਿੱਚ ਗੱਲ ਚੱਲ ਪਵੇ ਬਾਦਸ਼ਾਹ ਦੇ ਸਾਹਮਣੇ ਗੱਲ ਚੱਲ ਪਵੇ ਤੁਸੀਂ ਦਬਕਾ ਮਾਰ ਕੇ ਚੁੱਪ ਕਰਾਇਆ ਜੇ ਤੁਸੀਂ ਕਿਹਾ ਜੇ ਅਸੀਂ ਜਾਣਦੇ ਹਾਂ ਗੁਰੂ ਅਰਜਨ ਦੇਵ ਜੀ ਨੂੰ ਕਿਸੇ ਨੇ ਨਹੀਂ ਮਾਰਿਆ ਉਹਨਾਂ ਨੂੰ ਤੇ ਹਜੇ ਆ ਹੋਇਆ ਸੀ ਹਜੇ ਨਾਲ ਉਹਨਾਂ ਦੀ ਮੌਤ ਹੋਈ ਹਾਂਜੀ ਹੋਏ ਨਾ ਅਸ ਸੁਨ ਕਹਿ ਪਤ ਸਾਹੂ ਇਹੋ ਜੇ ਗੱਲ ਨਾ ਹੋਵੇ ਕਿਤੇ ਕਿ ਬਾਦਸ਼ਾਹ ਕਿਸੇ ਦੀ ਗੱਲਾਂ 'ਚ ਆ ਕੇ ਮੈਨੂੰ ਰਗੜਾ ਦੇ ਦੇਵੇ ਹਾਂਜੀ ਮੁਝ ਪਰ ਕੋਪ ਕਰ ਹੈ ਉਰ ਮਾਹੂ ਕਿਤੇ ਬਾਦਸ਼ਾਹ ਮੇਰੇ ਤੇ ਨਾਰਾਜ਼ ਨਾ ਹੋ ਜਾਵੇ ਮੇਰੇ ਨਾਲ ਕਿਤੇ ਬਾਦਸ਼ਾਹ ਰੰਜ ਨਾ ਹੋ ਜਾਵੇ ਇਸ ਗੱਲ ਤੋਂ ਵੀ ਤੂੰ ਗੁਰੂ ਅਰਜਨ ਦੇਵ ਨੂੰ ਮਾਰ ਦਿੱਤਾ ਮੈਂ ਤੁਹਾਨੂੰ ਇਹ ਪਹਿਲਾਂ ਹੀ ਦੱਸ ਦਿਆਂ ਮੈਂ ਕੋਈ ਨਹੀਂ ਮਾਰਿਆ ਮੈਂ ਤਾਂ ਉਹਨਾਂ ਦੀ ਸੇਵਾ ਕਰਦਾ ਸੀ ਉਹਨਾਂ ਨੂੰ ਘਰ ਲੈ ਜਾ ਕੇ ਤੇ ਉਹਨਾਂ ਨੂੰ ਹੈ ਜਾ ਹੋ ਗਿਆ ਇਸ ਕਰਕੇ ਤੁਸੀਂ ਮੇਰਾ ਖਿਆਲ ਰੱਖਿਆ ਸਾਥ ਸੰਗਤ ਦੀ ਦੇਖੋ ਝੂਠੇ ਬੰਦੇ ਨੂੰ ਇੱਕ ਝੂਠ ਛੁਪਾਣ ਪਿੱਛੇ ਸੋਝੂ ਠ ਬੋਲਣਾ ਪੈਂਦਾ 100 ਥਾਂ ਤੇ ਬੋਲਣਾ ਪੈਂਦਾ ਹਾਂਜੀ ਨਰ ਸਭ ਸਬਾ ਕੀਰ ਅਪਣਾਏ ਸਾਰੇ ਬੰਦੇ ਕਚਹਿਰੀ ਦੇ ਅਪਣਾ ਲਏ ਆਪਣੇ ਨਾਲ ਲਾ ਲਏ ਪ੍ਰਸਤ ਯਤਨ ਚਤਵਤ ਸਮੁਦਾਏ ਦਰਦਾ ਮਹਾਰਾਜ ਚੰਦੂ ਰੋਜ਼ ਦਵੇਂ ਤੋਂ ਨਵੇਂ ਸਜ ਯਤਨ ਕਰਦਾ ਨਵੇਂ ਤੋਂ ਨਵੀਆਂ ਸਾਡ ਸੰਗ ਕਰਦਾ ਜਿਹੜੇ ਬੰਦੇ ਉਹਦੇ ਹਮਦਰਦੀ ਸੀ ਉਹ ਵੀ ਉਹਦੇ ਨਾਲ ਰਲ ਗਏ ਜਿਹੜੇ ਬੰਦੇ ਕੁਝ ਮਾੜੇ ਮੋਟੇ ਅਗਾ ਪਿਛਾਂ ਸੰ ਰਾਂਝੇ ਸੰ ਉਹਨਾਂ ਨੂੰ ਵੀ ਹੱਥੋ ਤੇ ਜੋੜ ਕੇ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਮਿਲਿਓ ਸਾਹ ਕੇ ਪਾਸ ਪਹੂਚਾ ਜਦੋਂ ਬਾਦਸ਼ਾਹ ਦੀ ਗਜ਼ਹਰੀ ਚ ਪਹੁੰਚਿਆ ਜਸ ਉਚਾਰ ਤ ਭਾ ਤੇਹ ਮੂਚਾ ਤੇ ਬਾਦਸ਼ਾਹ ਦੀ ਬੜੀ ਨੇ ਤਰੀਫਾਂ ਕੀਤੀਆਂ ਇਹ ਲੋਕ ਖੁਸ਼ਾਮਦ ਕਰਨ ਵਾਲੇ ਜਿਹੜੇ ਹੁੰਦੇ ਆ ਮੂੰਹ ਦੇ ਬੜੇ ਮਿੱਠੇ ਬਾਦਸ਼ਾਹ ਦੀ ਇੰਨੀ ਕੀ ਤਰੀਫਾਂ ਕਰਤੀਆਂ ਇੰਨੀ ਕੀ ਵਡਿਆਈ ਕਰਤੀ ਵੀ ਬਾਦਸ਼ਾਹ ਉਹ ਸੁਣ ਕੇ ਖੁਸ਼ ਹੋ ਜਾਵੇ ਹਾਂਜੀ ਨੇਹ ਸਤ ਗੁਰ ਕੀ ਕਿਨਹੋ ਸੁਣਾਈ ਆ ਹੋਰ ਹੋਰ ਗੱਲਾਂ ਕਰਦੇ ਗੁਰੂ ਸਾਹਿਬ ਦੀ ਗੱਲ ਕਚਹਿਰੀ ਚ ਚੱਲਣ ਹੀ ਨਹੀਂ ਦਿੱਤੀ ਗੁਰੂ ਸਾਹਿਬ ਵਾਲਾ ਕਿੱਸਾ ਜਿਹੜਾ ਗੁਰੂ ਅਰਜਨ ਦੇਵ ਦੀ ਸ਼ਹੀਦੀ ਦਾ ਉਹ ਕਿਸੇ ਦੀ ਜ਼ਬਾਨ ਤੇ ਆਇਆ ਨਹੀਂ ਆਉਣ ਦਿੱਤਾ ਨਹੀਂ ਹਾਂਜੀ ਅੱਪਰ ਪ੍ਰਸੰਗਨ ਬਾਤ ਚਲਾਈ ਹੋਰ ਹੋਰ ਗੱਲਾਂ ਹੋਰ ਹੋਰ ਬਾਤਾਂ ਚੱਲਦੀਆਂ ਰਾਜਨੀਤੀ ਦੇ ਕਿਉਂਕਿ ਹਿੰਦੁਸਤਾਨ ਦਾ ਬਹੁਤ ਵੱਡਾ ਰਾਜ ਸੀਗਾ ਦਿੱਤ ਨਵੇਂ ਮਸਲੇ ਸਰਕਾਰ ਦੇ ਦਰਬਾਰ ਹੁੰਦੇ ਆ ਤੇ ਉਥੇ ਫਿਰ ਹੋਰਾਂ ਗੱਲਾਂ ਦੇ ਵਿੱਚ ਗੁਰੂ ਅਰਜਨ ਸਾਹਿਬ ਵਾਲੀ ਚੀਜ਼ ਦੀ ਦਾ ਕੈਸਾ ਜਾਣ ਕੇ ਦਬਾਈ ਰੱਖਿਆ ਹਾਂਜੀ ਇਮਨਿਤ ਪ੍ਰਤ ਰਹਿ ਸਾਹੋ ਅਗਾਰੇ ਬਾਦਸ਼ਾਹ ਦੇ ਕੋਲ ਰਹਿੰਦਾ ਚੰਦੂ ਬਾਦਸ਼ਾਹ ਕੇ ਹੱਥ ਜੋੜ-ਜੋੜ ਕੇ ਸੱਤ-ਸੱਤ ਵਾਰੀ ਸਲਾਮਾ ਕਰਦਾ ਰਹਿੰਦਾ ਬੜਾ ਮਿੱਠਾ ਮਮੂ ਠਗਣਾ ਬਣ ਕੇ ਸਾਰੇ ਅਫਸਰਾਂ ਨੂੰ ਆਪਣੇ ਨਾਲ ਜੋੜ ਕੇ ਰੱਖਦਾ ਸਨੇ ਸਨੇ ਮਨ ਤਰਾਸ ਬਿਸਾਰੇ ਤੇ ਹੌਲੇ-ਹੌਲੇ ਮਨ ਚੋਂ ਇਹਦਾ ਡਰ ਲੈ ਗਿਆ ਸੀ ਮਨ ਵਿੱਚੋਂ ਹੌਲੇ ਹੌਲੇ ਵਿੱਚ 2 ਸਾਲ ਲੰਘ ਗਏ 2.5 ਸਾਲ ਲੰਘ ਗਏ ਹੁਣ ਕੋਈ ਗੱਲ ਨਹੀਂ ਹਾਂਜੀ ਸਿੱਖਣ ਵਿਖੇ ਬਿਦਤ ਬਹੁ ਭਇਓ ਤੇ ਗੱਲ ਸਿੱਖਾਂ ਵਿੱਚ ਜਿਹੜੀ ਸੀ ਨਾ ਇਹ ਪ੍ਰਗਟ ਹੋ ਗਈ ਚੰਦੂ ਘਰ ਗੁਰ ਤਨ ਤਜ ਦਇਓ ਜਿਹੜੇ ਗੁਰੂ ਨਾਨਕ ਦੇਵ ਸਿੱਖ ਸੀਗੇ ਉਹਨਾਂ ਨੂੰ ਸਭ ਨੂੰ ਪੱਚੇ ਬੱਚੇ ਨੂੰ ਪਤਾ ਸੀ ਕਿ ਗੁਰੂ ਅਰਜਨ ਦੇਵ ਜੀ ਨੂੰ ਚੰਦੂ ਨੇ ਦਸੀਏ ਦੇਖ ਕੇ ਸ਼ੀਰ ਕੀਤਾ ਮੁਸਲਮਾਨ ਹਿੰਦੂਆਂ ਨੂੰ ਵੀ ਪਤਾ ਹੋਵੇਗਾ ਪਰ ਕਿਸੇ ਨੂੰ ਦਿਲਚਸਪੀ ਹੁੰਦੀ ਹੈ ਕਿਸੇ ਨੂੰ ਕਿਸੇ ਖਬਰ ਨਾਲ ਕੋਈ ਦਿਲਚਸਪੀ ਨਹੀਂ ਹੁੰਦੀ। ਸੋ ਇਹ ਗੱਲ ਜ਼ਿਆਦਾ ਸਿੱਖਾਂ ਵਿੱਚ ਧੁਖਦੀ ਸੀ। ਗੁਰੂ ਦੇ ਪਿਆਰਿਆਂ ਦੇ ਮਨ ਦੇ ਵਿੱਚ ਰੜਕ ਸੀ। ਬਾਕੀ ਲੋਕਾਂ ਲਈ ਨਾਰਮਲ ਗੱਲ ਸੀ। ਤੇ ਇਸ ਕਰਕੇ ਚੰਦੂ ਦੇ ਖਿਲਾਫ ਕੋਈ ਬਹੁਤ ਵੱਡੀ ਹਵਾ ਨਹੀਂ ਬਣੀ ਉਦੋਂ। ਹਾਂਜੀ। ਤਉ ਡਰਤ ਨਹਿ ਸਖਤ ਉਚਾਰੈ। ਪਰ ਫਿਰ ਵੀ ਜਿਹੜੇ ਸਿੱਖ ਸਨ ਵਿਚਾਰੇ ਉਹ ਗੱਲ ਕਰ ਨਹੀਂ ਸੀ ਸਕਦੇ। ਉਹਨਾਂ ਦੀ ਕੌਣ ਸੁਣਦਾ ਸੀ? ਬਾਦਸ਼ਾਹ ਦੇ ਦਰਬਾਰ 'ਚ ਕੋਈ ਬੋਲੇ ਕੋਈ ਬਾਦਸ਼ਾਹ ਨੂੰ ਦੱਸੇ ਇੰਨੀ ਕਿਸੇ ਸਿੱਖ ਵਿੱਚ ਜ਼ਰੂਰਤ ਨਹੀਂ ਸੀ ਹਾਂਜੀ ਮਿਲੇ ਪਰਸ ਪਰ ਅਗੀ ਤਕਾਰ ਹੈ ਪਰ ਆਪਸ ਚ ਮਿਲ ਕੇ ਲਾਂ ਤਾਂ ਜ਼ਰੂਰ ਪਾਉਂਦੇ ਸੀ ਕਿ ਵਿੱਚੰਦੂ ਪਾਪੀ ਐ ਰੱਬ ਕਰੇ ਦਾ ਬੇੜਾ ਗਰਕ ਹੋਵੇ ਸਮਾਂ ਆਵੇ ਜਿਵੇਂ ਇਹਨੇ ਗੁਰੂ ਸਾਹਿਬ ਨੂੰ ਦੁੱਖ ਦਿੱਤੇ ਨੇ ਇਦਾਂ ਇਹਨੂੰ ਵੀ ਕੋਈ ਕੁੱਤੇ ਦੀ ਮੌਤ ਮਾਰੇ ਇਹ ਸਿੱਖ ਚਾਹੁੰਦੇ ਸੀ ਹਾਂਜੀ ਸਨੇ ਸਨੇ ਕਹ ਆਪਸ ਮਾਹੀ ਸਿੱਖ ਵਿਚਾਰੇ ਆਪਸ ਦੇ ਵਿੱਚ ਗਰਲ ਕੇ ਹੌਲੇ ਹੌਲੇ ਗੱਲਾਂ ਕਰਦੇ ਸੀ ਕੰਨਾਂ ਵਿੱਚ ਵੀ ਕਿਉਂਕਿ ਸਰਕਾਰ ਦਾ ਡਰ ਇਹਨਾਂ ਸੀਗਾ ਵੀ ਉਹਨਾਂ ਦੇ ਸਾਹਮਣੇ ਕੁਸਕਣਾ ਬੜਾ ਔਖਾ ਸੀ ਸਿੱਖ ਜਿੱਥੇ ਆਪ ਬਹਿੰਦੇ ਸੀ ਇੱਕ ਦੂਜੀ ਦੇ ਨਾਲ ਗੁਰੂ ਅਰਜਨ ਦੇਵ ਦੀ ਸ਼ਹੀਦੀ ਦਾ ਦੁੱਖ ਸਾਂਝਾ ਕਰਦੇ ਸੀ ਹਾਂਜੀ ਤੀਨ ਮਹਾ ਅਗ ਪਚਹ ਸੋ ਨਾਹੀ ਇਹ ਪਾਪ ਇਹਨੂੰ ਲੈ ਬੈਠੇਗਾ ਇਹ ਸਾਰੇ ਕਹਿੰਦੇ ਸੀ ਇਹ ਬਜਰਾ ਨਹੀਂ ਇਹ ਮਹਾਪਾਪ ਬਜਰ ਪਾਪ ਇਹਨੇ ਕੀਤਾ ਇਹਨੂੰ ਇਹਦਾ ਲੇਖਾ ਦੇਣਾ ਪਏਗਾ ਸ੍ਰੀ ਹਰਿ ਗੋਬਿੰਦ ਗੁਰ ਸਤ ਬਲੀ ਗੁਰੂ ਹਰਗੋਬਿੰਦ ਸਾਹਿਬ ਗੱਦੀ ਤੇ ਬਹਿ ਗਏ ਨੇ ਮਹਾਬਲੀ ਜੋਦੇ ਨੇ ਉਹ ਜ਼ਰੂਰ ਇੱਕ ਦਿਨ ਇਹਦਾ ਨਿਬੜਾ ਕਰਨਗੇ ਹਾਂਜੀ ਤਿਨਹੂ ਪ੍ਰਣ ਕੀਨਸ ਬਿਧ ਭਲੀ ਮਹਾਰਾਜ ਨੇ ਅਕਾਲ ਤਖਤ ਤੇ ਬਹਿ ਕੇ ਮੀਰੀ ਪੀਰੀ ਦੇ ਤੀਗਾਂ ਧਾਰਨ ਕਰਤੀਆਂ ਤੇ ਅਲਾਨੀਆਂ ਤੌਰ ਤੇ ਪ੍ਰਣ ਕੀਤਾ ਵੀ ਚੰਦੂ ਨੂੰ ਕੁੱਤੇ ਦੀ ਮੌਤ ਮਾਰਾਂਗੇ ਔਰ ਜਿੰਨੇ ਪਾਪ ਨੇ ਦੁਨੀਆ ਦੇ ਸਾਨੂੰ ਲੱਗ ਜਾਣ ਜੇ ਅਸੀਂ ਨਾ ਮਾਰੀਏ ਤਾਂ ਅਕੋ ਸਾਤਨਾਮ ਸ੍ਰੀ ਅਏ ਗੁਰੂ ਸਾਹਿਬ ਨੇ ਬਚਨ ਕਹੇ ਸੀ ਵੀ ਦੁਨੀਆ ਦੇ ਜਿੰਨੇ ਵੀ ਪਾਪ ਸਮਝੋ ਅਸੀਂ ਕਰ ਲਏ ਜੇ ਅਸੀਂ ਚੰਦੂ ਨੂੰ ਕੁੱਤੇ ਦੀ ਮੌਤ ਨਾ ਮਾਰਿਆ ਇਸ ਤੋਂ ਵੱਡਾ ਪਰਨ ਕੋਈ ਹੁੰਦਾ ਨਹੀਂ ਗੁਰੂ ਸਾਹਿਬ ਨੇ ਪਰਨ ਕੀਤਾ ਛੇਵੇਂ ਪਾਤਸ਼ਾਹ ਨੇ ਹਾਂਜੀ ਪਿਤ ਕਉ ਬੈਰ ਲੇਹੋ ਐਸੇ ਵੈਰੀ ਤੋਂ ਅਸੀਂ ਆਪਣੇ ਪਿਤਾ ਗੁਰੂ ਅਰਜਨ ਸਾਹਿਬ ਦਾ ਬਦਲਾ ਇਸ ਤਰ੍ਹਾਂ ਲਵਾਂਗੇ ਖਤੋਂ ਦੁਸ਼ਟ ਅਪਜਸ ਜੁਤ ਜੈਸੇ ਕਿ ਉਹਨੂੰ ਕੁੱਤੇ ਦੀ ਕੁਮੌਤ ਮਾਰਾਂਗੇ ਵੀ ਉਹ ਪਤਾ ਲੱਗੇਗਾ ਦੁਨੀਆ ਦੇਖੇਗੀ ਵੀ ਐਦਾਂ ਵੀ ਕਿਸੇ ਦੁਸ਼ਟ ਬੰਦੇ ਨੂੰ ਮਾਰਿਆ ਜਾਂਦਾ ਹਾਂਜੀ ਖਲੋਤ ਬਿਖਿਆ ਕਰ ਅਨਨਕਾਰਾ ਇੱਥੇ ਲੋਕ ਦੇ ਵਿੱਚ ਤੇ ਚੰਦੂ ਦਾ ਮੂੰਹ ਕਾਲਾ ਕਰਾਂਗੇ ਹਾਂਜੀ ਤਥਾਪਲਤ ਮਹਿ ਜਾਏ ਦੁਖਾਰਾ ਤੇ ਪਰਲੋਕ ਵਿੱਚ ਵੀ ਜਮਾਂ ਦੇ ਡੰਡੇ ਨੂੰ ਪੈਣਗੇ ਹਾਂਜੀ ਇਤਹਤ ਬੇ ਬਹੁ ਸਪਥ ਕਰੀ ਹੈ ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਪਰਣ ਕੀਤਾ ਹੈ ਸਰਬ ਸਭਾ ਕੇ শ্রবণ ਪਰਹੀ ਹੈ ਸਭ ਦੁਨੀਆ ਨੇ ਸੁਣਿਆ ਸਾਰੀ ਸੰਗਤ ਨੇ ਸੁਣਿਆ ਸਿੱਖ ਪੰਥ ਨੇ ਸੁਣਿਆ ਦੇਸ਼ ਵਿਦੇਸ਼ ਵਿਖੈ ਵਿਦਤਾਈ ਦੇਸਾਂ ਵਿਦੇਸਾਂ ਜੇ ਪਰਣ ਪ੍ਰਗਟ ਹੋ ਗਿਆ ਦੂਰ ਦੂਰ ਤੇ ਗੱਲ ਚਲੀ ਗਈ ਹੈ ਹਾਂ ਜੀ ਗੁਰੂ ਸਾਹਿਬ ਚੰਦੂ ਨੂੰ ਮਾਰਨਗੇ ਛੱਡਣਗੇ ਨਹੀਂ ਇਹ ਤੇ ਕਿ ਸਿੱਖ ਤਿੰਨ ਮਹਰ ਜੋ ਸਿਆਣੇ ਜਿਹੜੇ ਸਿਆਣੇ ਸਿੱਖ ਸਨ ਗੁਰੂ ਦੇ ਮਰਨੋਂ ਕਠਨ ਚੰਦ ਕੋ ਜਾਣੇ ਉਹ ਇਹ ਸਮਝਦੇ ਸੀ ਵੀ ਚੰਦੂ ਨੂੰ ਮਾਰਨਾ ਬੜਾ ਔਖਾ ਹੈ ਜਿਹੜੇ ਦਿਮਾਗ ਨਾਲ ਸੋਚਦੇ ਸੀ ਦੋ ਤਰ੍ਹਾਂ ਦੇ ਬੰਦੇ ਹੁੰਦੇ ਕੋਈ ਦਿਲ ਨਾਲ ਸੋਚਦੇ ਆ ਕੋਈ ਦਿਮਾਗ ਨਾਲ ਸੋਚਦੇ ਦਿਮਾਗ ਨਾਲ ਸੋਚਣ ਵਾਲੇ ਜਜਬਾ ਜਿਹੜੇ ਹੁੰਦੇ ਆ ਉਹ ਕਹਿੰਦੇ ਆ ਵੀ ਨਹੀਂ ਇਹ ਔਖਾ ਗੁਰੂ ਸਾਹਿਬ ਨੇ ਕਾੜੀ ਨਾਲ ਪਰਣ ਕਰ ਲਿਆ ਇਹ ਕਿੱਦਾਂ ਹੋ ਸਕਦਾ ਐਡਾ ਵੱਡਾ ਦੀਵਾਨ ਬਾਦਸ਼ਾਹ ਜਹਾਂਗੀਰ ਦਾ ਬੰਦਾ ਖਾਸ ਹਿੰਦੁਸਤਾਨ ਵਿੱਚ ਉਹਦੇ ਬਰਾਬਰ ਕੋਈ ਬੰਦਾ ਨਹੀਂਗਾ ਹਿੰਦੁਸਤਾਨ 'ਚ ਉਹਦੇ ਸਾਹਮਣੇ ਕੁਸਕਦਾ ਨਹੀਂ ਦੀਵਾਨ ਹੈ ਹਿੰਦੁਸਤਾਨ ਦੇ ਬਾਦਸ਼ਾਹ ਦਾ ਉਹਨੂੰ ਮਾਰ ਦੇਾਂਗੇ ਇਹ ਕੋਈ ਖਾਲਾ ਜੀ ਦਾ ਵਾਰਾ ਇਹ ਕੋਈ ਸੌਖਾ ਕੰਮ ਹੈ ਇਹ ਨਹੀਂ ਹੋ ਸਕਦਾ ਕਹਿੰਦੇ ਹਾਂਜੀ ਸਾਹਬ ਦੀਵਾਨ ਹੁਕਮ ਜਗ ਚਾਲੇ ਬਾਦਸ਼ਾਹ ਦਾ ਦੀਵਾਨ ਹੈ ਚੰਦੂ ਉਹਦਾ ਸਾਰੀ ਦੁਨੀਆ ਤੇ ਹੁਕਮ ਚੱਲਦਾ ਕਿਵੇਂ ਪਕਰਨ ਇਹ ਬਿਨ ਬਣਿਆ ਸੁਖਾਲੇ ਇਹਨੂੰ ਫੜ ਲੈਣਗੇ ਗੁਰੂ ਹਰਗੋਬਿੰਦ ਸਾਹਿਬ ਇਹ ਕੋਈ ਸੌਖਾ ਕੰਮ ਤਾਂ ਹੈ ਨਹੀਂ ਕਿਵੇਂ ਫੜਨਗੇ ਹਾਂਜੀ ਲੋਕ ਹਜ਼ਾਰ ਹੋ ਮੰਨੈ ਬੈਨ ਹਜ਼ਾਰਾਂ ਲੋਕ ਚੰਦੂ ਦੀ ਗੱਲ ਮੰਨਦੇ ਨੇ ਬਾਦਸ਼ਾਹ ਦੀ ਗੱਲ ਮੰਨਦੇ ਲੱਖਾਂ ਲੋਕ ਬਾਦਸ਼ਾਹ ਦੇ ਸਲਾਮਾ ਕਰਦੇ ਨੇ ਹਾਂਜੀ ਬੈਠੇ ਪਖੈ ਸਮੁਖ ਤਿਸ ਨੈਨ ਤੇ ਬਾਦਸ਼ਾਹ ਬੈਠਾ ਹੁੰਦਾ ਲੱਖਾਂ ਲੋਕ ਉਹਦੇ ਮੂੰਹ ਹਲ ਦੇਖੀ ਜਾਂਦੇ ਕੀ ਹੁਕਮ ਕਰਦਾ ਕੀ ਇਸ਼ਾਰਾ ਕਰਦਾ ਐਡਾ ਵੱਡਾ ਜਹਾਂਗੀਰ ਬਾਦਸ਼ਾਹ ਫਿਰ ਉਹਦਾ ਦੀਵਾਨ ਚੰਦੂ ਉਹਨੂੰ ਫੜਨਾ ਮਾਰਨਾ ਇਹ ਕੋਈ ਸੌਖਾ ਕੰਮ ਨਹੀਂ ਇਹ ਗੁਰੂ ਸਾਹਿਬ ਨੇ ਬਚਪਨ ਦੀ ਚੜ੍ਹਦੀ ਜਵਾਨੀ ਦੇ ਵਿੱਚ ਬਿਨਾਂ ਸੋਚਿਆ ਪਰਣ ਕਰ ਲਿਆ ਕਹਿੰਦੇ ਨੇ ਹਾਂਜੀ ਛਤਿਗੁਰ ਸੁਤਕੀ ਬੈਸ ਨਹੀਨਾ ਕਹਿੰਦੇ ਨੇ ਗੁਰੂ ਸਾਹਿਬ ਦੇ ਪੁੱਤਰ ਦੀ ਸਹਬਜ਼ਾਦੇ ਦੀ ਗੁਰੂ ਹਰਗੋਬਿੰਦ ਦੀ ਉਮਰ ਨਵੀਂ ਹੈ ਛੋਟੀ ਉਮਰ ਹੈ ਬਿਨਾਂ ਵਿਚਾਰੇ ਪਰਣ ਕੋ ਕੀਨਾ ਬਿਨਾਂ ਵਿਚਾਰੇ ਪਰਣ ਕਰ ਲਿਆ ਸੋਚਿਆ ਨਹੀਂ ਵੀ ਇਹ ਪਰਣ ਪੂਰਾ ਨਹੀਂ ਹੋ ਸਕਣਾ ਫਲ ਐਡਾ ਵੱਡਾ ਦੀਵਾਨ ਉਹਨੂੰ ਕਿਵੇਂ ਮਾਰਨਗੇ ਸਾਹੋ ਸੰਗ ਕੋ ਸਖ ਹੈ ਵਿਗਾਰ ਤੇ ਬਾਦਸ਼ਾਹ ਨਾਲ ਵਿਗਾਰ ਕਿਵੇਂ ਪਾਇਆ ਜਾ ਸਕਦਾ ਬੜੀ ਮੁਸ਼ਕਲ ਹੈ ਗੱਲ ਐਡਾ ਵੱਡਾ ਬਾਦਸ਼ਾਹ ਬਾਹਰਲੇ ਮੁਲਕਾਂ ਦੇ ਬਾਦਸ਼ਾਹ ਡਰਦੇ ਸਾਧ ਸੰਗ ਜਿਵੇਂ ਅੱਜ ਅਮਰੀਕਾ ਵਰਗੇ ਮੁਲਕ ਤਗੜੇ ਨੇ ਕਦੇ ਹਿੰਦੁਸਤਾਨ ਦਾ ਮੁਲਕ ਪਹਿਲੇ ਨੰਬਰ ਤੇ ਹੁੰਦਾ ਇਹ ਬਾਦਸ਼ਾਹ ਜਹਾਂਗੀਰ ਜਾਂ ਅਕਬਰ ਕੋ ਐਡੇ ਬਾਦਸ਼ਾਹ ਸੀ ਪੀ ਸਾਰੇ ਦੁਨੀਆ ਦੇ ਬਾਦਸ਼ਾਹ ਉਧਰ ਦੇਖਦੇ ਸੀ ਉਹਨਾਂ ਨੇ ਕੀ ਕਰਨਾ ਜੇ ਉਹ ਜਿਹੜੀ ਗੱਲ ਕਰਦੇ ਸੀ ਸਾਰੇ ਹਾਂ ਚ ਹਾਂ ਬੁਲਾਂਦੇ ਸੀ ਯਾਨੀ ਵੱਡੀ ਤਾਕਤ ਸੀਗੀ ਜahangir ਦੇ ਸਮੇਂ ਤੱਕ ਔਰੰਗਜ਼ੇਬ ਦੇ ਟਾਈਮ ਤੱਕ ਵੀ ਮੁਗਲਾਂ ਦਾ ਦਿੱਲੀ ਦਾ ਤਖਤ ਉਸ ਤਾਕਤ ਦੇ ਬਰਾਬਰ ਕਿਹੜਾ ਬਾਹਲਾ ਮੁਲਕ ਨਹੀਂ ਕੋਈ ਹਟਦਾ ਵੱਡੇ ਵੱਡੇ ਮੁਲਕ ਚੀਨ ਵਰਗੇ ਡਰਦੇ ਸੀ ਤੇ ਗੁਰੂ ਸਾਹਿਬ ਇੱਕ 4-500 ਸਿਪਾਈ ਉਹ ਵੀ ਨਵੇਂ ਦੇ ਵਿਚਾਰੇ ਸਿੱਖ ਪਿੰਡਾਂ 'ਚ ਇਕੱਠੇ ਕੀਤੇ ਹੋਏ ਉਹਨਾਂ ਨੂੰ ਲੈ ਕੇ ਉਹਦੇ ਨਾਲ ਟੱਕਰ ਲੈ ਲੈਣਗੇ ਇਹ ਕੋਈ ਗੱਲ ਲੋਕਾਂ ਦੇ ਸਮਝ ਵਿੱਚ ਨਹੀਂ ਸੀ ਆਉਂਦੀ ਹਾਂਜੀ ਰਾਜਕਰਤ ਜਗ ਕੋਸ਼ ਹਜ਼ਾਰ ਕਹਿੰਦੇ ਜਿਹੜਾ ਹਜ਼ਾਰਾਂ ਕੋ ਤੇ ਰਾਜ ਕਰਦਾ ਕਿੱਥੇ ਬੰਗਲਾਦੇਸ਼ ਤੇ ਕਿੱਥੇ ਕਾਬਲ ਪੂਰਬ ਦੇ ਵਿੱਚ ਬੰਗਲਾਦੇਸ਼ ਤੋਂ ਸ਼ੁਰੂ ਹੁੰਦਾ ਸੀ ਹਿੰਦੁਸਤਾਨ ਸਤੇ ਕਾਬਲ ਤੱਕ ਅਫਗਾਨਿਸਤਾਨ ਤੱਕ ਪੱਛਮ ਇਧਰੋਂ ਕਸ਼ਮੀਰ ਤਿੱਬਤ ਤੋਂ ਲੈ ਕੇ ਤੂੜ ਦੱਖਣ ਤੱਕ ਸਾਰਾ ਹਿੰਦੁਸਤਾਨ ਹਜ਼ਾਰਾਂ ਕੋ ਦਾ ਬਾਦਸ਼ਾਹ ਵੱਡਾ ਅਣਗਿਣਤ ਸੈਨਕੋਸ਼ ਜਿਸ ਪਾਸ ਕਹਿੰਦੇ 22 ਲੱਖ ਤਾਂ ਘੋੜਸਵਾਰ ਸੀਗੇ 10000 ਵੱਡੀਆਂ ਤੋਪਾਂ ਸੀਗੀਆਂ 50000 ਛੋਟੀਆਂ ਤੋਪਾਂ ਸਨ ਕਿਲਿਆਂ ਦੀ ਕੋਈ ਗਿਣਤੀ ਨਹੀਂ ਸੀ ਹਿੰਦੁਸਤਾਨ ਦੇ ਬਾਦਸ਼ਾਹ ਕੋਲ ਬਾਕੀ ਸਾਰਾ ਵਰਲਡ ਡਰਦਾ ਸੀ ਕਿ ਜਿੱਦਰ ਜਹਾਂਗੀਰ ਦਾ ਮੂੰਹ ਹੋ ਗਿਆ ਨਾ ਸਫਾਈਆਂ ਕਰ ਦੇਗਾ ਐਡੀ ਫੌਜ ਦਾ ਮਾਲਕ ਸੀ ਉਸ 22 ਲੱਖ ਫੌਜ ਦੇ ਘੋੜਸਵਾਰਾਂ ਦੀ ਫੌਜ ਹੋਵੇ ਜਿਹਦੇ ਕੋਲ ਬਾਕੀ ਫੌਜ ਦਾ ਕੋਈ ਅੰਤ ਨਹੀਂ ਰਾਜੇ ਮਹਾਰਾਜਿਆਂ ਦੀ ਫੌਜਾਂ ਵੱਖਰੀਆਂ ਸੀਗੀਆਂ ਉਹ ਵੀ ਉਹਦੇ ਮਤੇਹਦ ਹੀ ਸਨ ਸਾਰੀਆਂ ਐਡੀਆਂ ਤੋਪਾਂ ਐਡੇ ਖਜ਼ਾਨੇ ਇੰਨੀਆਂ ਸ਼ਕਤੀਆਂ ਦਾ ਮਾਲਕ ਐਡੀ ਵੱਡੀ ਤਾਕਤ ਉਦੇ ਨਾਲ ਗੁਰੂ ਸਾਹਿਬ ਕਿਵੇਂ ਲੜਨਗੇ ਹਾਂਜੀ ਜਹਾਂ ਕਹੇ ਰਹੇ ਹੋ ਪ੍ਰਤਾਪ ਪ੍ਰਕਾਸ਼ ਥਾਂ ਥਾਂ ਤੇ ਬਾਦਸ਼ਾਹ ਮੁਗਲ ਬਾਦਸ਼ਾਹ ਦਾ ਪ੍ਰਕਾਸ਼ ਪ੍ਰਤਾਪ ਹੈ ਹਾਂਜੀ ਕਿਸ ਦੇ ਦੀਵਾਨ ਕੋ ਮੁਸਕਲ ਪਕਰਨ ਉਹਦੇ ਦੀਵਾਨ ਚੰਦੂ ਨੂੰ ਫੜ ਲਵਾਂਗੇ ਉਹਦੇ ਨੱਕ 'ਚ ਨੱਥ ਪਾਵਾਂਗੇ ਉਹਨੂੰ ਕੁੱਤੇ ਦੀ ਮੌਤ ਮਾਰਾਂਗੇ ਇਹ ਗੱਲਾਂ ਕਹਿਣ ਜੋਗੀਆਂ ਹੀ ਨੇ ਇਹ ਕਹਿ ਦਦਤੀਆਂ ਨੇ ਇਹ ਪੂਰੀਆਂ ਥੋੜਾ ਹੋ ਜਾਣੀਆਂ ਨੇ ਇਦਾਂ ਜਿਹੜੇ ਮੇਰੇ ਵਰਗੇ ਦਿਮਾਗੀ ਸਿੱਖ ਨੇ ਨਾ ਉਹ ਸੋਚਦੇ ਸੀ ਹਾਂਜੀ ਹਮ ਇਹ ਕਰ ਰਹੇ ਹਾਂ ਵਿਚਾਰਨ ਕੋ ਮਨ ਉਹ ਸੋਚਦੇ ਸੀ ਕਹਿੰਦੇ ਅਸੀਂ ਵਿਚਾਰਦੇ ਹਾਂ ਗੁਰੂ ਸਾਹਿਬ ਦੇ ਗੁਰੂ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਇਦਾਂ ਨਹੀਂ ਸੀ ਕਹਿਣਾ ਚਾਹੀਦਾ ਇਹ ਗੱਲ ਦਿਲ 'ਚ ਰੱਖਣੀ ਚਾਹੀਦੀ ਸੀ ਜੇ ਕੋਈ ਗੁੱਸਾ ਗੇਲਾ ਸੀ ਐਨਾ ਐਲਾਨੀਆਂ ਤੌਰ ਤੇ ਅਕਾਲ ਤਖਤ ਤੇ ਬਹਿ ਕੇ ਕਹਿ ਦੇਣਾ ਵੀ ਅਸੀਂ ਕੁੱਤੇ ਦੀ ਮੌਤ ਮਾਰਾਂਗੇ ਹਰ ਹਾਲਤ ਜੇ ਨਾ ਮਾਰਿਆ ਤੇ ਸਾਨੂੰ ਸਾਰੇ ਪਾਪ ਲੱਗਣ ਐਡੀ ਵੱਡੀ ਜਿਹੜੀ ਪ੍ਰਤੀਗਿਆ ਕੀਤੀ ਹੈ ਇਹ ਬਹੁਤ ਗੁਰੂ ਸਾਹਿਬ ਲਈ ਭਾਰੀ ਪਏਗੀ ਪੂਰੀ ਹੋਣੀ ਨਹੀਂ ਨਾ ਕੋਲ ਹਾਂਜੀ ਕੇਤੇ ਸਿੱਖ ਕਹੇ ਫਿਰ ਤਾਂਹੇ ਕਈ ਸਿੱਖ ਫਿਰ ਅਗੋਂ ਦਿਲ ਵਾਲੇ ਵੀ ਸਿੱਖੇ ਇੱਕ ਦਿਮਾਗ ਵਾਲੇ ਹੁੰਦੇ ਆ ਇੱਕ ਦਿਲ ਵਾਲੇ ਹੁੰਦੇ ਆ ਸਾਧ ਸੰਗਤ ਜੀ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਦਿਮਾਗ ਨੂੰ ਪਰੇ ਛੱਡ ਦਈਏ ਦਿਮਾਗ ਵੀ ਰੱਖਣਾ ਪੈਂਦਾ ਪਰ ਕੱਲਾ ਦਿਮਾਗ ਨਹੀਂ ਨਾਲ ਦਿਲ ਵੀ ਰੱਖਣਾ ਪੈਂਦਾ ਤੇ ਦਿਲ ਦੇ ਨਾਲ ਦਿਮਾਗ ਵੀ ਰੱਖਣਾ ਪੈਂਦਾ ਜੋਸ਼ ਤੇ ਹੋਸ਼ ਦੋਵੇਂ ਚਾਹੀਦੇ ਆ ਜਿਹੜੇ ਜਜਬੇ ਵਾਲੇ ਸੀਗੇ ਨਾ ਉਹ ਅੱਗੋਂ ਫਿਰ ਕਹਿੰਦੇ ਆ ਹਾਂਜੀ ਸ਼ਕਲ ਸਕਤ ਹੈ ਸਤਗੁਰ ਮਾਹੀ ਓਏ ਭਾਈ ਕਿਉਂ ਚਿੰਤਾ ਕਰਦੇ ਹੋ ਜਿਹੜੇ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਰੀਆਂ ਸ਼ਕਤੀਆਂ ਦੇ ਮਾਲਕ ਨੇ ਉਹ ਜਾਣਦੇ ਨੇ ਅੱਗੇ ਕੀ ਹੋਣਾ ਉਹਨਾਂ ਨੂੰ ਪਤਾ ਉਹਨਾਂ ਨੇ ਜੋ ਕਰਨਾ ਉਹ ਹੀ ਕਿਹਾ ਜੋ ਕਹਿ ਦਿੱਤਾ ਉਹ ਕਰ ਦੇਣਗੇ ਹਾਂਜੀ ਪਰਹ ਰੰਕ ਕੋ ਰਾਓ ਵਿਸਾਲ ਓਏ ਐਡੇ ਵੱਡੇ ਪਾਤਸ਼ਾਹ ਨੇ ਉਹਦਾ ਭਿਖਾਰੀ ਨੂੰ ਰਾਜਾ ਬਣਾ ਦੇਣਾ ਤੇ ਰਾਜੇ ਨੂੰ ਭਿਖਾਰੀ ਕਰ ਦੇਣਾ ਹਾਂਜੀ ਰਾਉ ਰੰਕ ਤਤ ਛਿਨ ਬਚ ਨਾਲ ਰਾਜ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਉਹ ਤਾਂ ਜੋ ਚਾਹਣ ਸੋ ਕਰ ਸਕਦੇ ਹਾਂਜੀ ਹਨਵਨ ਕੋ ਤਤ ਕਾਲ ਬਣਾਵੇ ਜਿਹੜੀ ਗੱਲ ਨਹੀਂ ਬਣ ਸਕਦੀ ਉਹ ਤਤਕਾਲ ਬਣਾ ਸਕਦੇ ਹਾਂਜੀ ਬਣੀ ਬਾਤ ਕੋ ਬਹੁ ਬਿਗਰ ਆਵੇ ਤੇ ਬਣੀ ਹੋਈ ਬਾਤ ਨੂੰ ਮਿੰਟ ਚ ਵਿਗਾੜ ਵੀ ਸਕਦੇ ਉਹਨਾਂ ਦੀ ਮਰਜ਼ੀ ਹੈ ਜੇ ਉਹਨਾਂ ਦੀ ਮਰਜ਼ੀ ਹੋਵੇ ਵਿਗੜੀ ਹੋਈ ਨੂੰ ਮਿੰਟ ਚ ਸੁਧਾਰ ਦੇਣ ਤੇ ਜੇ ਉਹਨਾਂ ਦੀ ਮਰਜ਼ੀ ਹੋਵੇ ਸੁਧਰੀ ਹੋਈ ਨੂੰ ਵਿਗਾੜ ਦੇਣ ਚੁਟਕੀ ਦਾ ਕੰਮ ਹੈ ਉਹਨਾਂ ਦਾ ਹਾਂਜੀ ਜਾਬਤ ਅਜਮਤ ਨਹਿ ਬਿਦਤਾਏ ਜਿੰਨਾ ਜੇ ਆਪਣੀ ਕਲਾ ਨੂੰ ਛਿਪਾਈ ਬੈਠੇ ਨੇ ਛਿਪਾਈ ਬੈਠੇ ਨੇ ਜਦੋਂ ਆਪਣੀ ਕਲਾ ਵਰਤਾਂਗੇ ਉਦੋਂ ਫਿਰ ਮਿੰਟ ਜੇ ਸਫਾਈ ਕਰ ਦੇਣਗੇ ਜਹਾਂਗੀਰ ਕੀ ਚੀਜ਼ ਹੈ ਉਹਨਾਂ ਦੇ ਸਾਹਮਣੇ ਹਾਂਜੀ ਖਾਬਤ ਨਰ ਸਮਕ੍ਰਿਤੀ ਕਰਾਏ ਉਹ ਤਾਂ ਗਰਦ ਨਰਦ ਗਰਦ ਮੈਂ ਮਿਲਾਉ ਮਿੰਟ ਬੇਚੀ ਵੱਡੇ ਵੱਡੇ ਨੂੰ ਮਿੱਟੀ ਚ ਮਿਲਾ ਦੇਣਗੇ ਹਾਂਜੀ ਕਰਾਮਾਤ ਰੋਕਨ ਮਤ ਕਨੋ ਗੁਰੂ ਸਾਹਿਬ ਮਹਾਰਾਜ ਸਾਹਿਬ ਆਪਣੀ ਕਰਾਮਾਤ ਨੂੰ ਆਪਣੀ ਸ਼ਕਤੀ ਨੂੰ ਰੋਕੀ ਬੈਠੇ ਨੇ ਹਾਂਜੀ ਨਿਤ ਵਿਵਹਾਰ ਕਰੈ ਨਰ ਮਨੋ ਉਹ ਲੋਕਾਂ ਦਾ ਰਾਮ ਲੋਕਾਂ ਦਾ ਜੀ ਰਹੇ ਨੇ ਜਿਵੇਂ ਸੰਸਾਰ ਦੇ ਵਿੱਚ ਆਮ ਆਦਮੀ ਵਿਚਰਦਾ ਉਹ ਤਾਂ ਵਿਚਰਦੇ ਨੇ ਪਰ ਹੈ ਨੋ ਪਰਮੇਸ਼ਰ ਕਰ ਸਭ ਕੁਝ ਸਕਦੇ ਨੇ ਪਰ ਕਰਦੇ ਨਹੀਂ ਭਾਣਾ ਮੰਨਦੇ ਪਰਮੇਸ਼ਰ ਦਾ ਹਾਂਜੀ ਜਿਬ ਚਾਹੇ ਨਿਜ ਪ੍ਰਾਨ ਨਿਰਵਾਹਨ ਜਦੋਂ ਉਹਨਾਂ ਨੇ ਵੇਖਿਆ ਵੀ ਟਾਈਮ ਆ ਗਿਆ ਆਪਣਾ ਪਰਨ ਪੂਰਾ ਕਰਨ ਦਾ ਉਦੋਂ ਉਹਨਾਂ ਨੇ ਇੱਕ ਚੁਟਕੀ ਵਿੱਚ ਹੀ ਕਰ ਲੈਣਾ ਕੰਮ ਫੇਰ ਨਹੀਂ ਉਹਨਾਂ ਨੂੰ ਦੇਰ ਲੱਗਣੀ ਇਹ ਤਾਂ ਉਡੀਕ ਰਿਹਾ ਸਮੇਂ ਨੂੰ ਸਮਾਂ ਆਵੇਗਾ ਤੁਹਾਡੇ ਸਾਹਮਣੇ ਗੁਰੂ ਸਾਹਿਬ ਚੰਦੂ ਨੂੰ ਮਾਰਨਗੇ ਹਾਂਜੀ ਨਿਤ ਬੜੀ ਚੱਲ ਆਵਤ ਕਰ ਰਹਿ ਰੁ ਕਹਿ ਕਿਮ ਨਾਹਨ ਕਹਿੰਦੇ ਮਰਜੀ ਆਪਣੀ ਉਹਨਾਂ ਨੇ ਕਰਨੀ ਆ ਕਿਸੇ ਦੇ ਰੋਕਿਆ ਨਹੀਂ ਰੁਕਣਾ ਛਟਮ ਗੁਰੂ ਸ੍ਰੀ ਨਾਨਕ ਰੂਪ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਨਾਨਕ ਦਾ 6ਵਾਂ ਰੂਪ ਨੇ ਜਿਨ ਕੇ ਸੁੰਦਰ ਚਰਤ ਅਨੂਪ ਜਿਨ੍ਹਾਂ ਦੇ ਕੌਤਕ ਚਰਿੱਤਰ ਬੜੇ ਹੀ ਅਨੂਪ ਨੇ ਉਪਮਾ ਤੋਂ ਰਹਿਤ ਨੇ ਮਹਿਮਾ ਕਈ ਨਾ ਜਾਏ ਬੜ ਸਮਰਾਥ ਦੇ ਗੁਰੂ ਮਹਾਰਾਜ ਵੱਡੇ ਸਮਰਾਥ ਨੇ ਹਾਂ ਜੀ ਜਿਸ ਗੁਰੂ ਅਰਜਨ ਕੇ ਗਨ ਦਾਸ ਜਿਸ ਗੁਰੂ ਅਰਜਨ ਦੇਵ ਜੀ ਦੇ ਦਾਸ ਸੇਵਾਦਾਰ ਕਰਮਾਤ ਬਹੁ ਭਾਂਤ ਪ੍ਰਕਾਸ਼ ਕਰਮਾਤਾ ਸ਼ਕਤੀਆਂ ਦੇ ਮਾਲਕ ਨੇ ਉਹਨਾਂ ਦੇ ਸੇਵਕਾਂ ਜੈਨੀਆਂ ਤਾਕਤਾਂ ਨੇ ਕਿਸ ਗੁਰ ਅਪਰ ਨਰਨ ਸਮ ਪ੍ਰਾਨਾ ਉਸ ਗੁਰੂ ਭਾਤ ਸਤਿਗੁਰੂ ਜੀ ਨੇ ਇਨੀਆਂ ਸ਼ਕਤੀਆਂ ਦੇ ਹੁੰਦਿਆਂ ਵੀ ਤਤੀਆਂ ਤਵੀ ਤੇ ਬਹਿਣਾ ਮਨਜ਼ੂਰ ਕੀਤਾ ਤਤਾ ਰੇਤਾ ਸੀਸ ਚ ਪਵਾ ਲਿਆ ਪਾਣਾ ਮੰਨ ਲਿਆ। ਵਿਪਕਰ ਤਜ ਬੈਕੁੰਠ ਪਿਆਨਾ। ਵੈਰੀ ਦੇ ਘਰ ਦੇ ਵਿੱਚ ਸਿੱਧੀ ਪਾ ਕੇ ਬੈਕੁੰਠ ਨੂੰ ਪਿਆਨਾ ਕਰ ਗਏ। ਜਿਨ ਕੋ ਸੁਤ ਤਿਨ ਕੇਸਮ ਅਹ। ਇਹ ਉਹਨਾਂ ਦੇ ਪੁੱਤਰ ਨੇ ਗੁਰੂ ਆਰਗਵਿੰਦ ਸਾਹਿਬ ਸਰਬਸ਼ਕਤੀ ਮਾਲਕ ਨੇ ਜੋ ਜਾਣ ਕਰ ਸਕਦੇ ਨੇ। ਜੋਤਸ ਬਿਨ ਗੁਰ ਏਕੋ ਰਹਿ। ਆ ਜੋਤ ਹੀ ਹੈ ਸਰੀਰ ਹੀ ਬਦਲੇ ਨੇ। ਇਸ ਕਰਕੇ ਗੁਰੂ ਸਾਹਿਬ ਮਹਾਰਾਜ ਗੁਰੂ ਨਾਨਕ ਦਾ ਹੀ ਰੂਪ ਨੇ ਛੇਵੇਂ ਪਾਤਸ਼ਾਹ ਜੀ ਅਮਰੇ ਤੁਮਰੇ ਦੇਖਤ ਕਰੈ ਦੇਖੋ ਭਾਈ ਤੁਹਾਡੇ ਅੱਖਾਂ ਦੇ ਸਾਹਮਣੇ ਤੁਸੀਂ ਕਹਿੰਦੇ ਹੋ ਨਹੀਂ ਹੋ ਨਹੀਂ ਸਕਦਾ ਅਸੀਂ ਤੁਹਾਨੂੰ ਕਹਿੰਦੇ ਆ ਵੀ ਹੋਏਗਾ ਤੁਸੀਂ ਦੇਖਿਆ ਜੇ ਗੁਰੂ ਹਰਗੋਬਿੰਦ ਸਾਹਿਬ ਜੋ ਕਹਿੰਦੇ ਨੇ ਕਰਨਗੇ ਹਾਂ ਜੀ ਭਟੇ ਦੁਖ ਦੇਰਪ ਪ੍ਰਾਨਨ ਹਰੈ ਚੰਦੂ ਨੂੰ ਕੁੱਤੇ ਦੀ ਮੌਤ ਹੀ ਮਾਰਨਗੇ ਦੁਨੀਆ ਦੇਖੇਗੀ ਖੜ ਖੜ ਕੇ ਚੰਦੂ ਦਾ ਜਲੂਸ ਕੱਢਣਗੇ ਹਾਂ ਜੀ ਹਮ ਕੋ ਨਿਸ਼ਟਾ ਇਹ ਪ ਵਿਸਵਾਸ ਸਾਨੂੰ ਨਿਸ਼ਚਾ ਹੈ ਵਿਸਵਾਸ ਹੈ ਹਾਂ ਜੀ ਚੰਦੂ ਹਤ ਹੈ ਸਾਹੋ ਕੇ ਪਾਸ ਬਾਦਸ਼ਾਹ ਦੇ ਕੋਲ ਬੈਠੇ ਚੰਦੂ ਨੂੰ ਮਾਰਨਗੇ ਜਦੋਂ ਚੰਦੂ ਝੂਠਾ ਪਾਤਾ ਨਾ ਕਿ ਚਹਰੀ ਜ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਕਥਾ ਆਉਣੀ ਹੈ ਉੱਥੇ ਕਚਹਿਰੀ ਦੇ ਵਿੱਚ ਹੀ ਭਾਈ ਪੀਤੀ ਚੰਦ ਨੇ ਨਾ ਮਾਰ ਕੇ ਚਪੇੜ ਦੀ ਪੱਗ ਲਾ ਕੇ ਬਾਹਾਂ ਉੱਥੇ ਹੀ ਪੁੱਛੀਆਂ ਕਰਕੇ ਬੰਨ੍ਹ ਲਈ ਹਾਲਾਂਕਿ ਬਾਦਸ਼ਾਹ ਦੀ ਕਚਹਿਰੀ ਜੇ ਇਦਾਂ ਦਾ ਕਰਨਾ ਹਰ ਇੱਕ ਦੇ ਵਾਸਤੇ ਗੱਲ ਨਹੀਂ ਗੁਰੂ ਕੇ ਸਿੱਖਾ ਦੀ ਜ਼ਰੂਰਤ ਹੀ ਬੜੀ ਸੀ ਉੱਥੇ ਹੀ ਢਾ ਲਿਆ ਉੱਥੇ ਹੀ ਜੁੱਤੀ ਪ੍ਰੇੜ ਸ਼ੁਰੂ ਕੀਤੀ ਤੇ ਨੱਕ ਪਾੜ ਕੇ ਨੱਥ ਪਾ ਕੇ ਦਿੱਲੀ ਤੋਂ ਲੈ ਕੇ ਕੁੱਤਿਆਂ 'ਚ ਬੰਨ੍ਹ ਕੇ ਰੱਖਿਆ ਤੇ ਚੰਡਾਲਾਂ ਦੇ ਨਾਲ ਪਹਿਲੇ ਜੇ ਰੱਖਿਆ ਸਾਰੇ ਸ਼ਹਿਰਾਂ 'ਚ ਹੱਟੀਆਂ ਤੇ ਭੀਖ ਮੰਗਾਈ ਉਹਨੂੰ ਟੱਕਾ ਟੱਕਾ ਤੇ ਲਾਹੌਰ ਲਿਆ ਕੇ ਉਹਨੂੰ ਮਾਰਿਆ ਸੋ ਇਹ ਮਹਾਰਾਜ ਸਾਹਿਬ ਕਰਨਗੇ ਇਦਾਂ ਹਾਂਜੀ ਇਹ ਮਿ ਸਿੱਖ ਮਿਲ ਕਰ ਬਚਨ ਉਚਾਰੈ ਇਦਾਂ ਸਿੱਖ ਆਪਸ ਗੱਲਾਂ ਕਰਦੇ ਹਾਂਜੀ ਗੁਰ ਸਰਦਾ ਤਰਕ ਹੋਏ ਨਾ ਧਾਰੈ ਬਈ ਦੇਖੋ ਗੁਰੂ ਮਹਾਰਾਜ ਤੇ ਸਰਦਾ ਰੱਖੋ ਸਰਦਾ ਵਾਲੇ ਇਹ ਕਹਿੰਦੇ ਆ ਦੂਜੇ ਜਿਹੜੇ ਦਿਮਾਗ ਨਾਲ ਸੋਚਦੇ ਹੋ ਕਹਿੰਦੇ ਵੀ ਠੀਕ ਹੈ ਤੁਹਾਡੀ ਸ਼ਰਧਾ ਪਰ ਸਾਨੂੰ ਇਦਾਂ ਲੱਗਦਾ ਹੋਣਾ ਕੋਈ ਨਹੀਂ ਇਹ ਕਈ ਵਾਰੀ ਆਪਾਂ ਸੋਚਦੇ ਨੇ ਵੀ ਅੱਜ ਹੀ ਇਦਾਂ ਦੇ ਨੇ ਮੁੱਢ ਤੋਂ ਹੀ ਚੱਲਿਆ ਹੋਇਆ ਕੰਮ ਦਿਮਾਗ ਵਾਲੇ ਦਿਮਾਗ ਨਾਲ ਹੀ ਸੋਚਦੇ ਐ ਤੇ ਸ਼ਰਧਾ ਵਾਲੇ ਸ਼ਰਧਾ ਨਾਲ ਸੋਚਦੇ ਐ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸ਼ਰਧਾ ਵਾਲਿਆਂ ਦੇ ਬੇੜੇ ਪਾਰ ਹੁੰਦੇ ਆ ਹਾਂਜੀ ਬਿਤਰਤ ਸੁਧ ਚੰਦੂ ਤਬ ਸੁਣੀ ਸਾਧ ਸੰਗਤ ਜੀ ਜਦੋਂ ਇਹ ਖਬਰ ਚੰਦੂ ਦੇ ਕੰਨਾਂ 'ਚ ਪਈ ਨਾ ਪਿਛੇਵੇਂ ਪਾਸ਼ਾ ਤਖਤ ਤੇ ਬਹਿ ਗਏ ਤੇ ਸ਼ਸਤਰ ਸਜਾ ਲਏ ਤੇ ਪਰਣ ਕਰ ਲਿਆ ਮੈਨੂੰ ਮਾਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ ਹਾਂਜੀ ਬਹੁਤ ਬਸੂਰਤ ਮੰਡੀ ਧੁਨੀ ਉਸ ਵੇਲੇ ਚੰਦੂ ਨੂੰ ਫਿਰ ਤਰੇੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਬਸੂਰ ਦਾ ਮੰਡੀ ਧੁਣ ਦਾ ਕਹਿੰਦਾ ਬੜਾ ਗਲਤ ਕੰਮ ਮੈਂ ਕਰ ਬੈਠਾ ਹੁਣ ਮੈਨੂੰ ਲੇਖਾ ਦੇਣਾ ਹੀ ਪੈਣਾ ਹੈ ਹਾਂਜੀ ਗੁਰੂ ਸਾਧ ਭਇਓ ਮਹਿਤ ਬਲਵਾਨ ਰੋਜ ਖਬਰਾਂ ਆਉਂਦੀਆਂ ਵੀ ਗੁਰੂ ਦਾ ਪੁੱਤਰ ਬੜਾ ਬਲਵਾਨ ਹੈ ਬੜਾ ਜੋਧਾ ਹਾਂਜੀ ਤੁਭ ਹਤਨੇ ਹਿਤ ਪ੍ਰਣੈ ਬਖਾਨਾ ਤੈਨੂੰ ਮਾਰਨ ਦੀਆਂ ਤਿਆਰੀਆਂ ਕਰ ਰਿਹਾ ਉਹਨੇ ਪਰਣ ਕੀਤਾ ਵੀ ਤੈਨੂੰ ਮਾਰੇਗਾ ਹਾਂਜੀ ਬਹੁਤ ਸਪੱਥ ਖਾਈ ਸੁਨ ਕਰਕੇ ਜਦੋਂ ਇਹ ਖਬਰ ਸੁਣੀ ਵੀ ਗੁਰੂ ਹਰਗੋਬਿੰਦ ਸਾਹਿਬ ਪਰਣ ਕੀਤਾ ਮਾਰਨ ਦਾ ਹਾਂਜੀ ਹਤੋ ਕਮਿਤ੍ਰ ਤੋ ਕੋ ਮ੍ਰਿਤ ਸਤਰ ਕੋ ਧਰਕੈ ਕਹਿੰਦੇ ਕੁੱਤੇ ਦੀ ਮੌਤ ਮਾਰਾਂਗਾ ਇਹ ਪਰਣ ਕੀਤਾ ਹੈ ਕੇਤਿਕ ਵਰਖ ਬਿਤੇ ਦੁਖ ਭਰੈ ਤੋ ਉਹ ਖਬਰ ਜਦੋਂ ਕੰਨਾਂ 'ਚ ਪੈਂਦੀ ਹੈ ਨਾ ਦੋ ਤਿੰਨ ਸਾਲ ਲੰਘ ਗਏ ਚੰਦੂ ਨੂੰ ਨੀਂਦ ਹਰਾਮ ਹੋ ਗਈ ਗੁਰੂ ਅਰਜਨ ਦੇਵ ਜੀ ਦੀ ਸ਼ਿੱਧੀ ਤੋਂ ਦੋ ਤਿੰਨ ਸਾਲ ਬਾਅਦ ਤੋ ਜਦੋਂ ਮਹਾਰਾਜਾ ਪ੍ਰਤਾਪ ਵੱਧਾ ਹੀ ਗਿਆ ਤੇ ਫਿਰ ਚੰਦੂ ਦਾ ਸੋਣਾ ਬਹਿਣਾ ਖਾਣਾ ਪੀਣਾ ਬਹੁਤ ਹੀ ਸੋਚਾਂ ਕਿ ਕੀ ਕਰਾਂ ਨਾ ਦਾਤੀ ਨੀਂਦ ਆਵੇ ਨਾ ਦਿਨੇ ਨੱਬੇ ਚੈਨ ਹੋ ਗਿਆ ਫਿਰ ਚੰਦੂ ਨੇ ਮਹਾਰਾਜ ਨੂੰ ਬੇਨਤੀ ਕਰਕੇ ਬੰਦੇ ਭੇਜੇ ਚਿੱਠੀ ਦੇ ਕੇ ਜੋ ਮਹਾਰਾਜ ਹੋ ਗਿਆ ਸੋ ਹੋ ਗਿਆ ਮੈਂ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਘਰ ਲੈ ਗਿਆ ਸੀ ਉਹਨਾਂ ਨੂੰ ਹੈ ਜਾ ਹੋ ਗਿਆ ਉਹਨਾਂ ਦੀ ਉੱਥੇ ਮੌਤ ਹੋ ਗਈ ਤੇ ਮੈਨੂੰ ਉਹਦਾ ਬੜਾ ਦੁੱਖ ਹੈ ਪਰ ਜੋ ਹੋ ਗਿਆ ਸੋ ਹੋ ਗਿਆ ਤੁਸੀਂ ਹੁਣ ਮੇਰੀ ਬੇਟੀ ਦਾ ਰਿਸ਼ਤਾ ਦੁਆਰਾ ਮੈਂ ਭੇਜਦੇ ਆ ਇਹ ਪ੍ਰਵਾਨ ਕਰ ਲਓ ਤੇ ਆਪਣੀ ਸਾਂਝ ਪਾ ਲਓ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਕੀ ਜਵਾਬ ਦੇਣਗੇ ਉਹ ਆਪ ਆ ਕੇ ਸਰਵਣ ਕਰਾਂਗੇ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਏ ਗੁਬਿੰਦ ਏ ਗੋਪਾ